ਜਸਵਿੰਦਰ ਬਰਾੜ ਨੇ ਠੱਗੀ ਮਾਰੀ ਅੱਜ ਤੱਕ? ਠੱਗੀ ਮਾਰੀ ਉਹਨੇ, ਠੱਗੀ ਕਹਿ ਸਕਦਾ ਮੈਂ ਤਾਂ ਆਪਣੇ ਵੱਲੋਂ, ਕਿਉਂਕਿ ਜਿਸ ਰਹਿਣੇ ਕਹਿੰਦੇ ਜਿਹੜੇ ਬੰਦੇ ਨਾਲ ਵਾਪਰਦੀ ਆ ਉਹਨੂੰ ਪਤਾ ਹੁੰਦਾ। ਦੌਰ ਵੀ ਰਿਹਾ ਜਦੋਂ ਜਸਵਿੰਦਰ ਬਰਾੜ ਇੱਥੇ ਆਉਂਦੇ ਸੀਗੇ ਔਰ ਵਾਪਸ ਘਰ ਜਾਂਦੇ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਸੀ, ਕੀ ਇਹ ਸੱਚ ਹੈ ਜਾਂ ਫਿਰ ਇਹ ਝੂਠ ਹੈ? ਨਹੀਂ ਮੱਕੜ ਸਾਹਿਬ, ਇਹ ਬਿਲਕੁਲ ਸੱਚ ਹੈ, ਤੁਹਾਡੀ ਖੋਜ ਬਿਲਕੁਲ ਸਹੀ ਹੈ। ਉਹ ਕਹਿੰਦੇ ਉਸਤਾਦ ਜੀ ਜਦੋਂ ਮੈਂ ਤੁਹਾਨੂੰ ਪੱਗ ਦੇਣੀ ਤੇ ਮੈਂ ਸੋਨੇ ਦੀ ਜਿਹੜੀ ਜੇ ਉਹ ਤਾਂ ਕਰਨਾ ਹੀ ਕਰਨਾ, ਜਿਹੜਾ ਮਾਨ ਦਾਨ ਕੱਪੜੇ ਦੇਣੇ ਜਾਂ ਸੋਨਾ ਸੋਨਾ ਮਾੜਾ ਮੋਟਾ ਜਿਹੜਾ ਪਾਉਣਾ ਹੈ ਨਾ। ਉਹ ਕਹਿੰਦੀ ਉਹਦੇ ਨਾਲ ਮੈਂ ਚਾਹੁੰਦੀ ਵੀ ਤੁਹਾਨੂੰ ਮੈਂ 4 ਰੁਪਈਆਂ ਵਾਲੀ ਕੋਈ ਚੀਜ਼ ਗਿਫਟ ਦੇਵਾਂ। ਹੁਣ ਉਹ ਚਲਾਉਂਦੇ ਹੋ ਤੁਸੀਂ ਜਿਹੜੀ 4 ਰੁਪਈਆਂ ਵਾਲੀ ਗਿਫਟ ਆਈ ਸੀਗੀ, ਉਹ ਵਧੀਆ ਚੱਲ ਰਹੀ ਹੈ ਤੁਹਾਡੀ? ਮੈਂ ਕਿਹਾ ਮੱਕੜ ਸਾਹਿਬ ਚਲਾਉਣ ਦੀ ਗੱਲ, ਉਹਦੀ ਫੋਟੋ ਕਾਪੀ ਵੀ ਨਹੀਂ ਆਈ। ਜਸਵਿੰਦਰ ਬਰਾੜ ਮੈਨੂੰ ਪੁੱਛਣ ਨਹੀਂ ਆਈ ਮੇਰੇ ਨਾਲ ਠੱਗੀ ਹੋ ਗਈ, 20 ਸਾਲ ਤੁਸੀਂ ਕਿੱਥੇ ਸੀਗੇ, ਤੁਸੀਂ ਪਹਿਲਾਂ ਇਹ ਸਵਾਲ ਕਿਉਂ ਨਹੀਂ ਕੀਤੇ? ਪੈਸੇ ਦੇ ਵਜ੍ਹਾ ਕਰਕੇ, ਪੈਸਿਆਂ ਤੋਂ ਬਿਨਾਂ ਅੱਜ ਮੇਰੀ ਬੇਟੀ ਸਰਕਾਰੀ ਸਕੂਲ 'ਚ ਪੜ੍ਹਦੀ ਹੈ, ਉਹਦੇ ਕੋਲ ਮੇਰੇ ਕੋਲ ਉਹਨੂੰ ਪੜ੍ਹਾਉਣ ਵਾਸਤੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਵਾਸਤੇ ਪੈਸੇ ਹੈ ਨਹੀਂ, ਮੇਰੇ ਕੋਲ ਬਿੱਲ ਭਰਨ ਦੇ ਪੈਸੇ ਹੈ ਨਹੀਂ, ਮੇਰੇ ਕੋਲ ਸ਼ੈਟਰ ਲਵਾਉਣ ਨੂੰ ਪੈਸੇ ਹੈ ਨਹੀਂ। ਚੰਗੇ ਟਰੈਕ 'ਤੇ ਵਧਾ ਸੀ ਤੋਰਿਆਂ ਨੂੰ, ਉਸ ਤੋਂ ਪਹਿਲਾਂ ਮਾੜਾ ਵੀ ਗਾਇਆ ਉਹਨੇ। ਜਸਵਿੰਦਰ ਬਰਾੜ ਦੀ ਕੈਸੇਟ ਦੋਸਤੋ ਆਈ ਸੀ, ਡਿਊਟ ਕੈਸੇਟ, ਅਤੇ ਉਹਦੇ 'ਚ ਉਹਨੇ ਨਾਮ, ਉਹਦਾ ਨਾਮ ਸੀਗਾ ਮਨਜਿੰਦਰ ਕੌਰ ਮੱਕੜ ਸਾਹਿਬ। ਉਹ ਕੈਸੇਟ 'ਤੇ ਜਸਵਿੰਦਰ ਬਰਾੜ ਦੀ ਫੋਟੋ ਲੱਗੀ ਆ, ਜਸਵਿੰਦਰ ਬਰਾੜ ਦੀ ਆਵਾਜ਼ ਉਹਦੇ 'ਚ, ਔਰ ਉਹਨੇ ਲੱਚਰ ਗਾਣੇ ਗਾਏ ਜਿਹਨੂੰ ਗਰਮ ਗਾਣੇ ਕਹਿੰਦੇ ਆ। ਲਾਲਾ ਇੱਕ ਨਾਲ ਜੀਜਾ ਇਹ ਨਾਮ ਹੈ, ਇਹਦਾ ਟਾਈਟਲ ਆ ਉੱਪਰ ਲਿਖਿਆ ਰਿਹਾ। ਇਹ ਫੋਟੋ ਜਸਵਿੰਦਰ ਬਰਾੜ ਦੀ ਹੈ? ਹਾਂ, ਇਹ ਫੋਟੋ ਜਸਵਿੰਦਰ ਬਰਾੜ, ਨਾਮ ਉੱਪਰ ਮਨਜਿੰਦਰ ਕੌਰ ਲਿਖਿਆ, ਮਨਜਿੰਦਰ ਕੌਰ ਜਾਣ ਕੇ ਲਿਖਿਆ ਵੀ ਜਸਵਿੰਦਰ ਬਰਾੜ ਦਾ ਨਾਂ ਨਾ ਸਾਹਮਣੇ ਆ ਜੇ। ਮੇਰੀ ਦੁਕਾਨ ਦੇ ਸ਼ੈਟਰ ਹੈ ਨਹੀਂ, ਮੇਰੇ ਬਿੱਲ ਮੇਰੀ ਜੇਬ 'ਚ ਹੈ, ਮੇਰੀ ਕੁੜੀ ਇੱਕ ਵਰਦੀ 'ਚ ਸਕੂਲ ਜਾਂਦੀ ਹੈ, ਉਹਦੇ ਕੋਲ ਦੂਜੀ ਵਰਦੀ ਨਹੀਂ ਵੀ ਇੱਕ ਧੋਤੀ ਪਈ ਹੋਵੇ ਤੋਂ ਪਾ ਕੇ ਜਾ ਵੜੇ, ਸਰਕਾਰੀ ਸਕੂਲ 'ਚ ਮੇਰੀ ਕੁੜੀ ਅੱਜ ਪੜ੍ਹਦੀ ਆ। ਇਹਨਾਂ ਤਾਂ ਕਹਿ ਕੇ ਥੱਕ ਗਿਆ ਮੱਕੜ ਸਾਹਿਬ, ਮੈਂ ਕਹਿ ਕੇ ਕਿ ਹਾਰ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ। ਕਿਸੇ ਵੇਲੇ ਲੁਧਿਆਣੇ ਦੇ ਨਾਲ ਨਾਲ ਬਠਿੰਡਾ ਜਿਹੜਾ ਸੀ ਉਹ ਗਾਇਕਾਂ ਦੀ ਧਰਤੀ ਮੰਨਿਆ ਜਾਣ ਲੱਗਿਆ। 90 ਦੇ ਦਹਾਕੇ 'ਚ ਬਠਿੰਡੇ ਦੀ ਧਰਤੀ ਨੇ ਬੜੇ ਗਾਇਕ ਦਿੱਤੇ ਹੈ, ਬਲਕਾਰ ਸਿੱਧੂ, ਜਸਵਿੰਦਰ ਬਰਾੜ, ਹਰਦੇਵ ਮਾਹੀ ਨੰਗਲ, ਹੋਰ ਬਹੁਤ ਵੱਡੇ ਵੱਡੇ ਨਾਮ ਨੇ ਬਠਿੰਡੇ ਦੀ ਧਰਤੀ ਤੋਂ ਜਿਹੜੇ ਆਏ। ਉਹਨਾਂ ਵੱਡੇ ਨਾਮਾਂ ਦੇ ਵਿੱਚ ਇੱਕ ਐਸਾ ਨਾਂ ਸੀ ਜੋ ਆਪ ਬਹੁਤ ਵੱਡਾ ਸੀ, ਜਿਹਨੇ ਇਹਨਾਂ ਸਾਰਿਆਂ ਨੂੰ ਟ੍ਰੇਨ ਕੀਤਾ, ਜਸਵਿੰਦਰ ਬਰਾੜ ਦਾ ਗੁਰੂ ਸੀ ਜੋ ਹਰਦੇਵ ਮਾਹੀ ਨੰਗਲ ਨੂੰ ਕਦੇ ਸਿਖਾਉਂਦਾ ਰਿਹਾ। ਪ੍ਰੀਤ ਬਰਾੜ ਇੱਕ ਨਾਂ ਮੇਰੇ ਯਾਦ ਆਉਂਦਾ, ਪ੍ਰੀਤ ਬਰਾੜ ਉਹਨਾਂ ਦਾ ਚੇਲਾ ਰਿਹਾ, ਪਰ ਉਹ ਸ਼ਖਸ ਆਪ ਐਡੀ ਉੱਚੀ ਗਾਇਕੀ ਹੋਣ ਦੇ ਬਾਵਜੂਦ ਵੀ ਗੁੰਮਨਾਮੀ ਦੇ ਵਿੱਚ ਹੈ, ਦੀਵੇ ਥੱਲੇ ਜਿਵੇਂ ਕਹਿ ਦਿੰਦੇ ਹਾਂ ਹਨੇਰਾ ਹੁੰਦਾ, ਉਸ ਜ਼ਿੰਦਗੀ ਨੂੰ ਕੱਟ ਰਿਹਾ। ਅੱਜ ਵੀ ਉਹ ਆਪਣੀ 25 ਸਾਲ ਪਹਿਲਾਂ 30 ਸਾਲ ਪਹਿਲਾਂ ਦੀ ਉਹ 10x10 ਦੀ ਛੋਟੀ ਜਿਹੀ ਦੁਕਾਨ ਜਿੱਥੇ ਉਹ ਇਹਨਾਂ ਸਾਰਿਆਂ ਨੂੰ ਕਦੇ ਸਿਖਾਇਆ ਕਰਦਾ ਸੀ, ਉਸੇ ਹਾਰਮੋਨੀਅਮ ਦੇ ਨਾਲ ਅੱਜ ਉਸੇ ਦੁਕਾਨ 'ਚ ਬੈਠਾ ਇਹ ਉਡੀਕ ਰਿਹਾ ਕਿ ਸ਼ਾਇਦ ਮੇਰੇ ਵੀ ਚੰਗੇ ਦਿਨ ਕਿਸੇ ਵੇਲੇ ਆਉਣਗੇ। ਪਰ ਯਕੀਨ ਮੰਨਿਓ ਕਿ ਇੱਕ ਛੋਟੀ ਧੀ ਹੈ ਜਿਸ ਦੇ ਪਾਲਣ ਪੋਸਣ ਵਾਸਤੇ ਅੱਜ ਉਹਦੇ ਕੋਲ ਪੈਸਾ ਨਹੀਂ ਹੈ, ਇੰਨਾ ਕਿ ਅੱਜ ਦੁਕਾਨ ਦੇ ਬਾਹਰ ਸ਼ਟਰ ਲੱਗਿਆ, ਸ਼ਟਰ ਲਵਾਉਣ ਵਾਸਤੇ ਵੀ ਪੈਸੇ ਨਹੀਂ ਹੈ, ਸ਼ਟਰ ਨਹੀਂ ਹੈ ਦੁਕਾਨ ਦੇ ਵਿੱਚ। ਗੁਰਤੇਜ ਕਾਬਲ ਦੀ ਗੱਲ ਕਰ ਰਿਹਾ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੱਕੜ ਸਾਹਿਬ, ਮੇਰੇ ਵੱਲੋਂ
ਡੇਲੀ ਪੋਸਟ ਦਾ ਸਾਰੀ ਟੀਮ ਦਾ ਬਹੁਤ ਥੈਂਕਸ ਆ, ਬਹੁਤ ਧੰਨਵਾਦ ਆ। ਤੁਸੀਂ ਸਾਡੀ ਅੱਜ ਕੁੱਲੀ 'ਚ ਆਏ ਹੋ ਅਤੇ ਤੁਹਾਡੀ ਟੀਮ ਦਾ ਅਤੇ ਮੱਕੜ ਸਾਹਿਬ ਤੁਹਾਡਾ ਮੈਂ ਬਹੁਤ ਥੈਂਕਸ ਕਰਦਾ। ਸੋ ਸਾਰੇ ਦੇਖਣ ਵਾਲੇ ਸੋਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੱਲਾਂ ਬਾਤਾਂ ਤੋਰਾਂਗੇ, ਪਰ ਮੈਂ ਅਕਸਰ ਜਦੋਂ ਵੀ ਕਿਸੇ ਗਾਇਕ ਦੀ ਇੰਟਰਵਿਊ ਕਰਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਦਰਸ਼ਕਾਂ ਤੱਕ ਪਹਿਲਾਂ ਉਹਦੀ ਆਵਾਜ਼, ਉਹਦੀ ਫਨਕਾਰੀ ਪਹੁੰਚੇ। ਸੋ ਕੋਈ ਵੀ ਇੱਕ ਗੀਤ, ਕੋਈ ਵੀ ਇੱਕ ਨਜ਼ਮ ਜਿੱਥੋਂ ਤੁਸੀਂ ਇੰਟਰਵਿਊ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ, ਫਿਰ ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਠੀਕ ਹੈ ਬੱਕੜ ਸਾਹਿਬ, ਇਹ ਮੇਰੀ ਪਹਿਲੀ ਕੈਸਟ ਦਾ ਗਾਣਾ ਹੈ। ਧਰਮ ਕਰਮਿਆਣਾ ਜੀ ਸਾਡੇ ਪੰਜਾਬ ਦੇ ਬਹੁਤ ਨਾਮੀ ਰਾਈਟਰ ਆ, ਉਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਹੈ ਅਤੇ ਇਹ ਮੈਂ ਤੁਹਾਨੂੰ ਸਥਾਈ ਅੰਤਰਾ ਸੁਣਾਉਣ ਲੱਗਿਆ। ਸਥਾਈ ਅੰਤਰਾ ਉਹਨੂੰ ਕਹਿੰਦੇ ਜਿਹੜੀਆਂ ਸ਼ੁਰੂ ਦੀਆਂ ਲਾਈਨਾਂ ਦੇ ਅਲੱਗ ਟੱਪਾ ਹੁੰਦਾ। ਇਹ ਮੈਂ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਨਹੀਂ ਇਸ ਫੀਲਡ ਨੂੰ ਜਾਣਦੇ ਉਹਨਾਂ ਵਾਸਤੇ ਜਾਣਕਾਰੀ ਵਾਸਤੇ ਦੱਸਿਆ। ਸੋ ਧਰਮ ਕਰਮਿਆਣਾ ਦਾ ਗੀਤ ਆ ਸਥਾਈ ਅੰਤਰਾ ਤੁਹਾਨੂੰ ਸੁਣਾਉਣ ਜਾ ਰਿਹਾ, ਬੜੀ ਖੂਬਸੂਰਤ ਲਾਈਨਾਂ। ਮੇਰੀ ਪਹਿਲੀ ਟੇਪ ਦਾ, ਜਿਵੇਂ ਮੈਂ ਇੱਕ ਬੰਦੇ ਨੂੰ ਇੱਕ ਗੀਤ ਲਿਖ ਕੇ ਦਿੱਤਾ ਕਿ ਇਹਦੀ ਕੰਪੋਜੀਸ਼ਨ ਦੇਖ ਲਿਆ ਜੇ ਬਣ ਸਕਦੀ ਹੈ ਕੋਈ ਤੋੜ ਭੰਨ ਕਰਕੇ, ਤਾਂ ਉਹ ਮੈਨੂੰ ਕਹਿੰਦਾ ਕਿ ਹੁੱਕ ਲਾਈਨ ਬਣਾ ਕੇ ਦੇ ਦਿਓ। ਮੈਨੂੰ ਸਮਝ ਨਹੀਂ ਆ ਰਿਹਾ ਸੀ ਵੀ ਹੁੱਕ ਲਾਈਨ ਕੀ ਹੁੰਦੀ ਹੈ, ਉਹ ਅੱਜ ਪਤਾ ਲੱਗਿਆ ਜਿਹਨੂੰ ਤੁਸੀਂ ਸਥਾਈ ਅੰਤਰਾ ਕਹਿ ਰਹੇ ਹੋ ਹੁੱਕ ਲਾਈਨ ਉਹਨੂੰ ਕਹਿ ਰਿਹਾ ਸੀਗਾ। ਜੀ ਸਥਾਈ ਹੁੰਦੀ ਹੈ ਪਹਿਲਾ ਟੱਪਾ, ਦੋਸਤ ਮੈਂ ਤੁਹਾਡੀ ਜਾਣਕਾਰੀ ਮੱਕੜ ਸਾਹਿਬ ਨੂੰ ਦੱਸਿਆ, ਅਤੇ ਜਿਹੜਾ ਸਥਾਈ ਅਤੇ ਅੰਤਰਾ, ਅੰਤਰਾ ਹੁੰਦਾ ਦੂਸਰਾ ਟੱਪਾ ਕਿਸੇ ਵੀ ਗਾਣੇ ਦਾ, ਕਿਸੇ ਵੀ ਗਜ਼ਲ ਦਾ, ਕਿਸੇ ਵੀ ਸ਼ਬਦ ਦਾ, ਕਿਸੇ ਵੀ ਭੇਟ ਦਾ, ਭਜਨ ਦਾ, ਉਹਨੂੰ ਸਾਡੀ ਸੰਗੀਤ ਲਾਈਨ 'ਚ ਸਥਾਈ ਅੰਤਰਾ ਕਹਿੰਦੇ, ਜਿਹੜੇ ਕਿ ਦੋ ਟੱਪੇ ਗਾਉਣ ਵਾਸਤੇ ਉਹਨੂੰ ਸਥਾਈ ਅੰਤਰਾ ਕਹਿੰਦੇ ਆ ਸਾਡੀ ਸੰਗੀਤਕ ਭਾਸ਼ਾ। ਸੋ ਮੱਕੜ ਸਾਹਿਬ ਮੈਂ ਸੁਣਾਉਣ ਜਾ ਰਿਹਾ, ਮੈਨੂੰ ਲੱਗਦਾ ਤੁਹਾਨੂੰ ਗਾਣਾ ਪਸੰਦ ਆਊਗਾ। ਤੇਰੀ
ਯਾਦ ਵੀ ਸਾਡੇ ਨਾਲ ਜਾ, ਜਦ ਗੰਗਾ ਨੂੰ ਫੁੱਲ ਜਾਣ ਲੱਗੇ ਤੇਰੀ ਯਾਦ ਵੀ ਸਾਡੇ ਨਾਲ ਜਾ, ਜਦ ਗੰਗਾ ਨੂੰ ਫੁੱਲ ਜਾਣ ਲੱਗੇ ਉਹ ਤੇਰਾ ਇਸ਼ਕ ਬਹੁਤ ਖੂਬ ਬਾਈ ਜੀ, ਬਹੁਤ ਕਮਾਲ ਤੁਸੀਂ ਗਾਇਆ। ਜਸਵਿੰਦਰ ਬਰਾੜ ਦੀ ਅਕਸਰ ਚਰਚਾ ਹੁੰਦੀ ਹੈ, ਤੁਹਾਡਾ ਨਾਮ ਆਉਂਦਾ ਕਿ ਗੁਰਤੇਜ ਕਾਬਲ, ਤਾਂ ਇਹ ਕਿਹਾ ਜਾਂਦਾ ਕਿ ਜਸਵਿੰਦਰ ਬਰਾੜ ਦੇ ਗੁਰੂ ਨੇ, ਮੈਂ ਇੱਕ ਇੰਟਰਵਿਊ ਵੀ ਸੁਣੀ ਜਸਵਿੰਦਰ ਬਰਾੜ ਦੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮੇਰੇ ਗੁਰੂ ਨੇ ਪਰ ਉਮਰ 'ਚ ਮੇਰੇ ਤੋਂ ਛੋਟੇ ਨੇ, ਇਹ ਕੀ ਗੱਲ ਹੈ ਜੀ? ਮੱਕੜ ਸਾਹਿਬ ਗੱਲ ਇਹ ਵੀ ਜਿਹੜੀ ਜਸਵਿੰਦਰ ਬਰਾੜ ਹੈ ਉਹ ਏਜ 'ਚ ਮੈਂ ਤੋਂ ਵੱਡੇ ਨੇ, ਪਰ ਜਿਹੜੀ ਸੰਗੀਤਕ ਸਾਡੀ ਲਾਈਨ ਆ ਇਸ 'ਚ ਉਹ ਮੇਰੀ ਸ਼ਿਸ਼ਿਆ, ਯਾਨੀ ਗੁਰੂ ਅਤੇ ਚੇਲਾ ਸੀ ਉਸਤਾਦ ਆ ਦੋਨੇ, ਮੇਰੀ ਉਹ ਸ਼ਿਗਿਰਦ ਆ, ਮੈਂ ਉਹਦਾ ਉਸਤਾਦ ਆ ਯਾਨੀ ਗੁਰੂ ਉਹਦਾ, ਅਤੇ ਉਹ ਅਕਸਰ ਆਪ ਵੀ ਕਹਿੰਦੀ, ਉਹ ਕਹਿੰਦੀ ਵੀ ਜਿਹੜੇ ਮੇਰੇ ਗੁਰੂ ਆ ਉਹ ਏਜ 'ਚ ਮੈਂ ਤੋਂ ਛੋਟੇ ਆ ਪਰ ਗੁਣਾਂ 'ਚ ਮੈਂ ਤੋਂ ਬਹੁਤ ਵੱਡੇ ਆ। ਸੋ ਉਹ ਏਜ 'ਚ ਵੱਡੀ ਸੀਗੀ ਜਿਵੇਂ ਉਹਨੇ ਸ਼ੁਰੂ ਕੀਤਾ। ਇਹ ਮੁਲਾਕਾਤ ਕਦੋਂ ਹੋਈ ਹੈ? ਇਹ ਮੁਲਾਕਾਤ ਮੈਨੂੰ ਲੱਗਦਾ ਮੱਕੜ ਸਾਹਿਬ ਹੁਣ ਮੇਰੇ ਪੱਕਾ ਤਾਂ ਨਹੀਂ ਯਾਦ, ਇਹਦੇ ਹੋਣੀ ਮੇਰੇ ਹਿਸਾਬ ਨਾਲ 95 'ਚ ਮੇਰੀ ਪਹਿਲੀ ਟੇਪ ਆਈ ਅਤੇ 95 ਤੋਂ ਪਹਿਲਾਂ ਦੀ ਗੱਲ ਹੈ, ਇਹ 90 ਦੇ ਕਰੀਬ, ਮੱਕੜ ਸਾਹਿਬ 5 ਸਾਲ ਪਹਿਲਾਂ। ਥੋੜ੍ਹਾ ਜਿਹਾ ਮੈਨੂੰ ਉਸ ਦੌਰ 'ਚ ਲੈ ਕੇ ਜਾਓ, ਥੋੜ੍ਹਾ ਜਿਹਾ 90 ਦੇ ਦਹਾਕੇ ਦੀਆਂ ਯਾਦਾਂ ਤਾਜ਼ੀਆਂ ਕਰੋ, ਜਦੋਂ ਤੁਸੀਂ ਦੱਸ ਰਹੇ ਹੋ ਕਿ ਇਸੇ ਥਾਂ ਦੇ ਉੱਤੇ ਬੈਠ ਕੇ ਜਸਵਿੰਦਰ ਬਰਾੜ ਇੱਥੇ ਸਿੱਖਣ ਆਉਂਦੇ ਹੁੰਦੇ ਸੀ ਤੁਹਾਡੇ ਕੋਲ। ਬਿਲਕੁਲ ਜੀ, ਉਹ ਸਾਰੀਆਂ ਗੱਲਾਂ ਬਾਤਾਂ ਤਾਜ਼ੀਆਂ ਕਰੋ। ਹਾਂ ਮੱਕੜ ਸਾਹਿਬ, ਇਹ ਨਾ 1995 'ਚ ਪਹਿਲਾਂ ਪਹਿਲੀ ਟੇਪ ਆਈ, 90 'ਚ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਇੱਥੇ ਮੇਰੇ ਕੋਲ ਆਉਣਾ, ਕਿਸੇ ਮੁੰਡੇ ਨਾਲ ਉਹਨੇ ਡਿਊਟ ਕੈਸਟ ਕਰਨੀ ਸੀ, ਰਿਕਾਰਡ ਕਰਨੀ ਸੀ, ਅਤੇ ਉਹ ਮੁੰਡਾ ਮੈਨੂੰ ਜਾਣਦਾ ਸੀ ਮੈਂ, ਬਟ ਬਰਾੜ ਨੂੰ ਨਹੀਂ ਜਾਣਦਾ ਸੀ ਮੈਡਮ ਨੂੰ, ਅਤੇ ਉਹਦੇ ਨਾਲ ਉਹ ਆਈ ਡਿਊਟ ਗਾਉਣ ਵਾਸਤੇ। ਫਿਰ ਉਹਨੇ ਜਦੋਂ ਮੇਰਾ ਕੰਮ ਦੇਖਿਆ, ਮੈਂ ਮਤਲਬ ਗਾਣੇ ਦੀ ਟਿਊਨ ਬਣਾਈ, ਕਿਸੇ ਗਾਣੇ ਧੁਨ ਜਿਹਨੂੰ ਆਪਾਂ ਕਹਿੰਦੇ ਬਣਾਈ ਨਵੇਂ ਗਾਣੇ ਦੀ, ਉਹਦੇ ਸਾਹਮਣੇ ਬਣਾਈ, ਅਤੇ ਉਹ ਹੈਰਾਨ ਹੋ ਗਈ, ਮਤਲਬ ਕਹਿੰਦੀ ਵੀ ਕਮਾਲ ਹੋ ਗਈ ਵੀ ਇੰਨਾ ਟੈਲੈਂਟ ਇੱਕ ਬੰਦੇ 'ਚ, ਹੈ ਨਾ, ਵੀ ਇੱਕ ਗਾਣਾ ਨਵਾਂ ਜਿਹੜਾ ਕਿਸੇ ਨੇ ਲਿਖਿਆ ਪਤਾ ਨਹੀਂ ਕਿਹੜੀ ਟਿਊਨ 'ਤੇ ਲਿਖਿਆ ਸੀ, ਉਹਦੀ ਟਿਊਨ ਹੁਣੇ ਨਵੀਂ ਕੱਢ ਕੇ ਬਣਾ ਕੇ ਹੁਣੇ ਪੇਸ਼ ਕਰਤੇ, ਜਿਵੇਂ ਕਦੇ ਡਿਜ਼ਾਇਨ ਬਣਾ ਕੇ ਦਿਖਾਈਏ ਕਿਸੇ ਨੂੰ, ਅਤੇ ਉਹ ਬੜੀ ਪ੍ਰਭਾਵਿਤ ਹੋਈ ਇਸ ਮੇਰੀ ਜਿਹੜੀ ਇਸ ਕਲਾ ਤੋਂ। ਤਾਂ ਫਿਰ ਹੌਲੀ ਹੌਲੀ ਫਿਰ ਹੋਰ ਮਤਲਬ ਡੇਲੀ ਪ੍ਰੈਕਟਿਸ ਕਰਨ ਆਉਂਦੀ ਸੀ, ਜਦੋਂ ਉਹ ਕੈਸਟ ਦੀ ਪ੍ਰੈਕਟਿਸ ਚੱਲੀ ਅਤੇ ਉਹ ਮਤਲਬ ਡੇਲੀ ਆਉਣਾ ਹੁੰਦਾ ਸੀ ਉਹਨੇ, ਅਤੇ ਫਿਰ ਅੱਗੇ ਵੱਧਦਾ ਗਿਆ ਅੱਗੇ, ਫਿਰ ਉਹ ਮਤਲਬ ਉਹਦੇ ਮਨ 'ਚ ਇਹ ਕਿਤੇ ਖਿਆਲ ਆ ਗਿਆ, ਮੈਨੂੰ ਨਹੀਂ ਸੀ ਉਦੋਂ ਪਤਾ, ਮੈਂ ਬਹੁਤ ਮਤਲਬ ਇੱਕ ਤਰ੍ਹਾਂ ਦਾ ਭੋਲਾ ਭਾਲਾ ਇਨਸਾਨ ਸੀਗਾ, ਸ਼ੁਰੂ ਤੋਂ ਮੈਂ ਜਾਗਰਣ ਵਗੈਰਾ ਮੱਕੜ ਸਾਹਿਬ ਕਰਦਾ ਸੀ ਮਾਤਾ ਦੇ ਜਗਰਾਤੇ, ਉੱਥੋਂ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ। ਸੋ ਮਤਲਬ ਉਹ ਸਾਡਾ ਜਿਹੜਾ ਜਾਗਰਣ ਦਾ ਮਾਹੌਲ ਹੀ ਇੱਦਾਂ ਦਾ ਧਾਰਮਿਕ ਮਾਹੌਲ ਆ, ਉੱਥੇ ਕੋਈ ਚਲਾਕੀਆਂ ਇਹਨਾਂ ਦਾ ਕੋਈ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ, ਕਿਸੇ ਨਾਲ ਕੋਈ ਠੱਗੀ ਮਾਰਨੀ ਜਾਂ ਕਿਸੇ ਨਾਲ ਚਲਾਕੀ ਕਰਨੀ ਜਾਂ ਕਿਸੇ ਨੂੰ। ਤੁਹਾਡੇ ਨਾਲ ਕੋਈ ਜਸਵਿੰਦਰ ਬਰਾੜ ਨੇ ਠੱਗੀ ਮਾਰੀ ਅੱਜ ਤੱਕ? ਬਸ ਮੱਕੜ ਸਾਹਿਬ ਮੈਨੂੰ ਲੱਗਦਾ ਵੀ ਜ਼ਰੂਰ ਹਾਂ ਮੇਰੇ ਨਾਲ ਠੱਗੀ ਮਾਰੀ, ਉਹਨੇ ਠੱਗੀ ਕਹਿ ਸਕਦਾ ਮੈਂ ਤਾਂ ਆਪਣੇ ਵੱਲੋਂ, ਕਿਉਂਕਿ ਜਿਸ ਸਿਆਣੇ ਕਹਿੰਦੇ ਵੀ ਜਿਹੜੇ ਬੰਦੇ ਨਾਲ ਵਾਪਰਦੀ ਆ ਉਹਨੂੰ ਪਤਾ ਹੁੰਦਾ, ਮੈਨੂੰ ਤਾਂ ਇਹ ਲੱਗਦਾ ਵੀ ਵਾਕਈ ਉਹਨੇ ਠੱਗੀ ਮਾਰੀ ਹੈ। 20-25 ਸਾਲ ਹੋ ਗਏ, ਉਹ ਕਹਿੰਦੇ ਹੁੰਦੇ ਸੀ ਉਸਤਾਦ ਜੀ ਮੈਨੂੰ ਮਾੜਾ ਸੈੱਟ ਹੋ ਜਾਣ ਦੇ, ਉਹ ਜਿਹੜੇ ਇਸ ਗੱਲ ਦੇ ਸਾਰੇ ਗਵਾਹ ਵੀ ਆ, ਜਿਹੜੇ ਦੂਜੇ ਸਟੂਡੈਂਟ ਆ ਮੱਕੜ ਸਾਹਿਬ ਮੇਰੇ ਜਿਹੜੇ ਉਹਦੇ ਨਾਲ ਸਿੱਖਦੇ ਰਹੇ ਆ, ਉਹ ਵੀ ਹਜੇ ਸਾਰੇ ਜਿਉਂਦੇ ਆ ਔਰ ਗਵਾਹ ਇਸ ਗੱਲ ਦੇ, ਉਹ ਸਾਰਿਆਂ ਨੇ ਜ਼ੋਰ ਲਾਇਆ, ਮੈਂ ਇਕੱਲੇ ਨਹੀਂ, ਮੈਂ ਤਾਂ ਆਪਣੀ ਜਿਹੜੀ ਮੇਰੀ ਬਣਦੀ ਡਿਊਟੀ ਸੀ ਮੈਂ ਤਾਂ ਕਰਨੀ ਸੀ, ਮੈਂ ਤਾਂ ਬਹੁਤ ਜ਼ੋਰ ਲਾਇਆ ਉਹਦੇ 'ਤੇ, ਇਸ ਕਰਕੇ ਲਾਇਆ ਵੀ ਕੱਲ੍ਹ ਨੂੰ ਅੱਜ ਮੈਂ ਇਸ ਬੂਟੇ ਨੂੰ ਪਾਲ ਰਿਹਾ, ਇਹਦਾ ਮਾਲੀ ਹਾਂ ਮੈਂ, ਕੱਲ੍ਹ ਨੂੰ ਜਦੋਂ ਇਹ ਬੂਟਾ ਵੱਡਾ ਹੋ ਗਿਆ ਮੈਨੂੰ ਜ਼ਰੂਰ ਛਾਂ ਦੇਊਗਾ ਨਾ, ਹਰੇਕ ਮਾਲੀ ਨੂੰ ਇਹ ਆਸ ਹੁੰਦੀ ਹੈ ਵੀ ਜਦੋਂ ਇਹ ਫਲ ਦੇਣ ਲੱਗ ਗਿਆ ਤਾਂ ਮੈਨੂੰ ਜ਼ਰੂਰ ਉਹਦਾ ਹਿੱਸਾ ਮਿਲੂਗਾ। ਪਰ ਵੱਟ ਇਹ ਹੋਇਆ ਵੀ ਉਦੋਂ ਬਾਅਦ ਜਦੋਂ ਸਿੱਖਣ ਤੋਂ ਬਾਅਦ ਉਹਦੀਆਂ ਦੋਨੇ, ਸਭ ਤੋਂ ਪਹਿਲੀ ਉਹਦੀ ਕੈਸਟ ਇਕੱਲੀ ਦੀ ਮੈਂ ਕੀਤੀ, ਦੂਜੀ ਫਿਰ ਉਹਦੀ ਕੈਸਟ ਮੈਂ ਕੀਤੀ, ਉਹ ਗੋਇਲ ਕੰਪਨੀ 'ਚ ਆਈ ਹੈ, ਪਹਿਲੀ ਤਾਂ ਨਾ ਸੀ ਕੀਮਤੀ ਚੀਜ਼ ਗਰੀਬਾਂ ਦੀ, ਮੈਂ ਇਕੱਲੀ ਉਹਨੂੰ ਇਕੱਲੀ ਨਹੀਂ ਕੀਤਾ ਸਟੈਂਡ ਦੀ।
ਫਿਰ ਬਾਈ ਭਿੰਦਰ ਹੋਣਾ ਨੇ ਉਹ ਵੀ ਇੱਥੇ ਹੁੰਦੇ ਸੀ। ਪਹਿਲੀ ਟੇਪ ਜਦੋਂ ਜਸਵਿੰਦਰ ਬਰਾੜ ਦੀ ਆਈ ਹੈ ਉਹ ਕੱਲਿਆਂ ਦੀ ਸੀ ਕਿ ਤੁਸੀਂ ਡੂਟ ਕੀਤਾ ਉਹਦੇ ਵਿੱਚ? ਨਹੀਂ ਉਹ ਕੱਲਿਆਂ ਦੀ ਸੀਗੀ ਜੀ, ਮੈਂ ਤੁਹਾਨੂੰ ਕੈਸਟ ਵੀ ਹੈਗੀ ਮੇਰੇ ਕੋਲ, ਮੈਂ ਦਿਖਾ ਵੀ ਦਿੰਦਾ ਤੁਹਾਨੂੰ ਉਹ ਕੈਸਟ, ਮੈਂ ਦਰਸ਼ਕਾਂ ਨੂੰ ਵੀ ਦਿਖਾ ਦਿਆਂ ਨਾ ਵੀ ਜਸਵਿੰਦਰ ਬਰਾੜ ਦੀ ਸ਼ੁਰੂਆਤ ਕਿੱਥੋਂ ਹੋਈ ਹੈ। ਇਹ ਮੱਕੜ ਸਾਹਿਬ ਦੀ ਪਹਿਲੀ ਕੈਸਟ ਹੈ, ਮੈਂ ਸਾਡੇ ਦੋਸਤ ਨੂੰ ਕਹੂੰਗਾ ਵੀ ਉਹ ਦਿਖਾ ਦੇਣਾ ਹੈ ਨਾ ਕੈਮਰੇ 'ਚ, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਪਤਾ ਲੱਗੇ ਹੈ ਨਾ। ਸੋ ਇਹ ਮੱਕੜ ਸਾਹਿਬ ਦੀ ਪਹਿਲੀ ਕੈਸਟ ਜਿਹੜੀ ਮੈਂ ਕੀਤੀ, ਔਰ ਇਹ ਕੈਸਟ ਜਿਹੜੀ ਕੰਪਨੀ ਸੀ ਉਹ ਕੈਸਟ ਮੇਰੀ ਕਰਨ ਆਏ ਸੀ, ਉਹ ਕੰਪਨੀ ਮੈਨੂੰ ਪੈਸੇ ਵੀ ਦੇਣ ਨੂੰ ਤਿਆਰ ਸੀ ਵੀ ਤੁਸੀਂ ਗਾਓ, ਤੁਹਾਨੂੰ ਅਸੀਂ ਪੈਸੇ ਵੀ ਦਿੰਦੇ ਹਾਂ, ਪਰ ਮੈਂ ਉਹਨਾਂ ਦੇ ਅੱਗੇ ਇਹ ਸ਼ਰਤ ਰੱਖਤੀ ਵੀ ਤੁਸੀਂ ਮੈਨੂੰ ਪੈਸੇ ਦੇਣ ਨੂੰ ਰਹਿਣ ਦਿਓ, ਮੈਂ ਤੁਹਾਤੋਂ ਗਾਉਣ ਦਾ ਕੋਈ ਪੈਸਾ ਨਹੀਂ ਲੈਂਦਾ, ਪਰ ਮੇਰੀ ਜਗ੍ਹਾ ਮੇਰੇ ਜਿਹੜੀ ਮੈਨੂੰ ਪੈਸੇ ਦੇਣੇ ਤੁਸੀਂ ਮੇਰੇ ਕਿਸੇ ਸਟੂਡੈਂਟ 'ਤੇ ਲਾ ਦਿਓ। ਉਹ ਕਹਿੰਦੇ ਦੱਸੋ, ਮੈਂ ਉਹਨੂੰ ਕਿਹਾ ਵੀ ਮੇਰੇ ਦੋ ਚੇਲੇ ਇੱਕ ਜਸਵਿੰਦਰ ਬਰਾੜ ਹੈ, ਇੱਕ ਅਮਰਜੀਤ ਅੰਬਾ ਮੁੰਡਾ ਸੀਗਾ ਇੱਥੋਂ ਬਠਿੰਡਾ। ਮੈਂ ਉਹਨੂੰ ਕਿਹਾ ਵੀ ਦੋਨੇ ਬੈਠੇ ਨਾ, ਦੋਨਾਂ 'ਚੋਂ ਜਿਹਦੀ ਤੁਹਾਨੂੰ ਆਵਾਜ਼ ਠੀਕ ਲੱਗਦੀ ਹੈ, ਜਿਹਦਾ ਤੁਹਾਨੂੰ ਚੰਗਾ ਲੱਗਦਾ ਉਹਦੀ ਆਵਾਜ਼ 'ਤੇ ਤੁਸੀਂ ਪੈਸੇ ਲਾ ਦਿਓ, ਮੈਂ ਤੁਹਾਨੂੰ ਤੋਂ ਪੈਸੇ ਨਹੀਂ ਲੈਂਦਾ ਗਾਉਣ ਦੇ, ਮੈਂ ਤੁਹਾਨੂੰ ਫ੍ਰੀ ਕੈਸਟ ਕਰ ਦਿੰਦਾ। ਉਹ ਕਹਿੰਦੇ ਸਾਨੂੰ ਠੀਕ ਹੈ ਜੀ ਤੁਹਾਡੀ ਸ਼ਰਤ ਮੰਨੀ। ਸੋ ਇਹ ਕੈਸਟ ਮੈਂ ਇਹਦੇ ਵੱਟੇ ਨੂੰ ਫ੍ਰੀ ਕਰਕੇ ਦਿੱਤੀ ਉਹਨਾਂ ਨੂੰ, ਉਹ ਕੈਸਟ 20 ਸਾਲ ਹੋ ਗਏ ਅੱਜ ਤੱਕ ਆ ਨਹੀਂ ਸਕੀ ਮੱਕੜ ਸਾਹਿਬ, ਔਰ ਇਹ ਕੈਸਟ ਉਹ ਕੰਪਨੀ ਨੇ ਰਿਲੀਜ਼ ਕੀਤੀ ਜਿੱਥੋਂ ਜਸਵਿੰਦਰ ਬਰਾੜ ਦੇ ਪੈਰ ਲੱਗੇ, ਅਤੇ ਅੱਜ ਉਹ ਕੱਖਾਂ ਤੋਂ ਲੱਖਾਂ ਤੱਕ ਪਹੁੰਚ ਗਈ ਹੈ ਨਾ। ਮੈਂ ਵੀ ਸੁਣਿਆ ਕਿ ਉਹ ਦੌਰ ਵੀ ਰਿਹਾ ਜਦੋਂ ਜਸਵਿੰਦਰ ਬਰਾੜ ਇੱਥੇ ਆਉਂਦੇ ਸੀਗੇ ਔਰ ਵਾਪਸ ਘਰ ਜਾਂਦੇ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਸੀ, ਕੀ ਇਹ ਸੱਚ ਹੈ ਜਾਂ ਫਿਰ ਇਹ ਝੂਠ ਹੈ? ਨਹੀਂ ਮੱਕੜ ਸਾਹਿਬ ਇਹ ਬਿਲਕੁਲ ਸੱਚ ਹੈ, ਤੁਹਾਡੀ ਖੋਜ ਬਿਲਕੁਲ ਸਹੀ ਹੈ, ਕਿਉਂਕਿ ਉਦੋਂ ਦੌਰ ਹੀ ਇੱਦਾਂ ਦਾ ਸੀ, ਉਹ ਵੀ ਦਿਹਾੜੀ 'ਤੇ ਜਾਂਦੀ ਸੀ, ਕਿਸੇ ਔਰਕੈਸਟਰਾ 'ਚ ਕੰਮ ਕਰਦੀ ਸੀ ਉਹ ਦਿਹਾੜੀ 'ਤੇ ਜਿਵੇਂ ਗਾਉਣ ਜਾਣਾ, ਉਦੋਂ ਦਿਹਾੜੀ ਸੀਗੀ 700-800 ਰੁਪਇਆ ਉਹਨੂੰ ਮਿਲਦਾ ਹੁੰਦਾ ਸੀ ਦਿਹਾੜੀ ਦਾ, ਅਤੇ ਮੈਨੂੰ ਹਾਰਮੋਨੀਅਮ ਵਜਾਉਣ ਵਾਸਤੇ 350 ਰੁਪਇਆ ਮੈਨੂੰ ਮਿਲਦਾ ਹੁੰਦਾ ਸੀ ਉਦੋਂ ਦਿਹਾੜੀ 'ਤੇ, ਅਸੀਂ ਦੋਨੇ ਦਿਹਾੜੀ 'ਤੇ ਜਾਂਦੇ ਸੀਗੇ। ਜਸਵਿੰਦਰ ਬਰਾੜ ਨੂੰ ਗਾਉਣ ਦਾ 700 ਰੁਪਇਆ ਮਿਲਦਾ ਸੀ, ਤੁਹਾਨੂੰ ਹਾਰਮੋਨੀਅਮ ਦਾ 350, ਦੋਵੇਂ ਦਿਹਾੜੀ ਕਰਨ ਜਾਂਦੇ ਸੀ, ਦੋਵੇਂ ਦਿਹਾੜੀ ਜਾਂਦੇ ਸੀ। ਉੱਥੋਂ ਫਿਰ ਅਸੀਂ ਸਕੀਮ ਬਣਾਉਂਦੇ ਸੀ ਵੀ ਅਸੀਂ ਦਿਹਾੜੀ 'ਤੇ ਜਿਹੜੀਆਂ ਉੱਥੇ ਪ੍ਰੋਬਲਮ ਹੁੰਦੀ ਸੀ ਵੀ ਵਿਆਹ 'ਚ ਲੜਾਈ ਹੋ ਗਈ ਕਿਸੇ ਦੀ, ਜਾਂ ਰਾਤ ਨੂੰ ਕੋਈ ਵਿਆਹ ਅਖਾੜਾ ਲੱਗਿਆ ਕਿਸੇ ਜ਼ਿਮੀਂਦਾਰਾਂ ਦੇ ਘਰੇ, ਹੈ ਨਾ, ਉੱਥੇ ਲੜਾਈ ਹੋਈ ਜਾਂ ਉਹਨਾਂ ਪੀ ਕੇ ਉਹਨਾਂ ਦਾ ਪ੍ਰਾਹੁਣਾ ਲੜ ਪਿਆ ਜਾਂ ਕੋਈ, ਅਤੇ ਮਤਲਬ ਕਲਾਕਾਰਾਂ ਦੇ ਸਾਰਾ ਜਿਹੜਾ ਠੀਕਰਾ ਸੀ ਕਲਾਕਾਰਾਂ ਦੇ ਫੁੱਟਦਾ ਸੀਗਾ। ਉਦੋਂ ਫਿਰ ਜਿਹੜੀਆਂ ਦਿੱਕਤਾਂ ਸੀ ਉਹ ਕਹਿੰਦੇ ਵੀ ਸਰਕਾਰ ਜੀ ਵੀ ਆਪਾਂ ਆਪਦਾ ਕੋਈ ਇਹੋ ਜਿਹਾ ਸਿਸਟਮ ਕਰੀਏ ਜਿਹਦੇ ਨਾਲ ਆਪਾਂ ਨੂੰ ਇਹ ਦਿੱਕਤ ਨਾ, ਆਪਾਂ ਨੂੰ ਦਿਹਾੜੀ ਕਿਸੇ ਦੇ ਜਾਣਾ ਨਾ ਪਵੇ, ਕਿਸੇ ਹੋਰ ਨਾਲ ਦਿਹਾੜੀ ਨਾਲ ਜਾਣਾ ਪਵੇ। ਅਤੇ ਹੌਲੀ ਹੌਲੀ ਮੱਕੜ ਸਾਹਿਬ ਜਦੋਂ ਅਸੀਂ ਥੱਕ ਤੋਕ ਹੁੰਦੇ ਸੀ ਫਿਰ ਆ ਕੇ ਉਹਦੀਆਂ ਇੱਥੇ ਜਿਹੜੀਆਂ ਉਹਦੇ ਗਾਣੇ ਮੈਂ ਤਿਆਰ ਕਰਦਾ ਸੀਗਾ, ਟਿਊਨ ਉਹਦੇ ਗਾਣੇ ਦੀਆਂ ਨਵੀਆਂ ਬਣਾਉਂਦੇ ਸੀ ਵੀ ਜਿਹਦੇ ਨਾਲ ਪੈਰਾਂ 'ਤੇ ਖੜੀ ਹੋ ਸਕੇ। ਫਿਰ ਉਹ ਕੈਸਟ ਉਹਦੀ ਕੀਤੀ ਮੈਂ ਜਦੋਂ ਕੰਪਨੀ ਵਾਲੇ ਮੇਰੇ ਕੋਲ ਆਏ, ਮੈਂ ਆਪਣੇ ਚਾਂਸ ਛੱਡ ਕੇ ਉਹਨੂੰ ਚਾਂਸ ਦਿੱਤਾ ਵੀ ਇਹ ਖੜੀ ਹੋ ਜੇ ਪੈਰਾਂ 'ਤੇ, ਜਿਹੜੀਆਂ ਪ੍ਰੋਬਲਮ ਹੈ ਸਰੀਰ ਇਹਨਾਂ 'ਚੋਂ ਨਿਕਲ ਜੇ। ਉਹ ਸਾਰਾ ਕੁਛ ਪਰਮਾਤਮਾ ਨੇ ਕੀਤਾ, ਜਿਹੜੀ ਸਰਸਵਤੀ ਮਾਂ ਇਹਨੇ ਕੀਤਾ, ਹੈ ਨਾ, ਮੇਰੀਆਂ ਦੁਆਵਾਂ ਕਾਮਯਾਬ ਹੋਈਆਂ, ਹੈ ਨਾ, ਮੇਰਾ ਸੁਪਨਾ ਸੀ ਵੀ ਉਹ ਆਪਦੇ ਪੈਰਾਂ 'ਤੇ ਖੜੀ ਹੋਵੇ, ਇਕੱਲੀ ਸਿੰਗਰ ਬਣੇ, ਉਹ ਬਣ ਗਈ। ਪਰ ਵੱਟ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਕੀ ਉਹਨੇ ਤੁਹਾਡੇ ਨਾਲ ਠੱਗੀ ਮਾਰੀ, ਇਹ ਠੱਗੀ ਹੈ ਨਾ, 20 ਸਾਲ ਹੋ ਗਏ, 20 ਸਾਲ ਅਜੇ ਤੱਕ ਉਹਨੇ ਕਦੇ ਫੋਨ ਕਾਲ ਨਹੀਂ ਕੀਤੀ ਮੈਨੂੰ। ਕਿੰਨੇ ਸਾਲ ਤੋਂ ਤੁਹਾਡਾ ਰਾਬਤਾ ਕਾਇਮ ਨਹੀਂ ਹੋਇਆ, ਕਿੰਨੇ ਸਾਲ ਤੋਂ ਜਸਵਿੰਦਰ ਬਰਾੜ ਨੇ ਤੁਹਾਨੂੰ ਆ ਕੇ ਪੁੱਛਿਆ ਨਹੀਂ? ਮੱਕੜ ਸਾਹਿਬ ਇਸ ਗੱਲ ਨੂੰ 20 ਸਾਲ ਤੋਂ ਵੀ ਉੱਤੇ ਹੋ ਗਏ ਮੈਨੂੰ ਲੱਗਦਾ, ਕਿਉਂਕਿ 18 ਸਾਲ ਦੀ ਤੋਂ ਆਪ ਹੀ ਖੁਦ ਹੀ ਇਹ ਕਹਿੰਦੇ ਵੀ 18 ਸਾਲ ਦੀ ਮੇਰੀ ਗੁੜੀ ਆ, ਉਹਦੀ ਗੁੜੀ ਆ, ਮੇਰੀ ਵੀ ਇੱਕ ਗੁੜੀ ਆ, ਮੇਰੀ ਗੁੜੀ ਤਾਂ 6 ਸਾਲ ਦੀ ਆ, ਉਹਦੀ ਕੁੜੀ 18 ਸਾਲ ਦੀ ਆ, 18 ਸਾਲ ਤੋਂ ਉਹਦੀ ਕੁੜੀ ਨੂੰ ਹੋ ਗਏ, ਉਹ ਤਾਂ ਮੈਂ ਤਾਂ ਉਹਦੇ ਵਿਆਹ ਤੋਂ ਪਹਿਲਾਂ ਦੀ ਗੱਲ ਕਰਨਾ, ਉਸ ਗੱਲ ਨੂੰ 20 ਸਾਲ ਤੋਂ ਵੀ ਉੱਤੇ ਹੋ ਗਏ, 20 ਸਾਲ ਹੋ ਗਏ। 20 ਸਾਲ ਤੱਕ ਅੱਜ ਤੱਕ ਜਸਵਿੰਦਰ ਬਰਾੜ ਨੇ ਮੱਕੜ ਸਾਹਿਬ ਆਪਦੀ ਨੇਕ ਕਮਾਈ 'ਚ ਮੈਨੂੰ ਕਦੇ ਚੱਪਲਾਂ ਨਹੀਂ ਲੈ ਕੇ ਦਿੱਤੀ, ਜਿਹਨੂੰ ਚੱਪਲਾਂ ਕਹਿੰਦੇ ਆ। ਪਰ ਸਾਰੇ ਸਵਾਲ ਕਰਨਗੇ, ਜਸਵਿੰਦਰ ਬਰਾੜ ਵੀ ਇਹ ਪੁੱਛੂਗੀ ਕਿ 20 ਸਾਲ ਨੂੰ ਗੁਰਤੇਜ ਕਾਬਲ, 20 ਸਾਲ ਹੋ ਗਏ ਉਹਨਾਂ ਨੂੰ ਅੱਜ ਤੱਕ ਯਾਦ ਨਹੀਂ ਆਈ, ਅੱਜ ਜੇ ਉਹਨਾਂ ਨੂੰ ਲੋੜ ਪੈ ਗਈ ਤਾਂ ਅੱਜ ਗੁਰਤੇਜ ਕਾਬਲ ਇੰਟਰਵਿਊ ਦੇ ਵਿੱਚ ਜਸਵਿੰਦਰ ਬਰਾੜ ਨੂੰ ਮਾੜਾ ਚੰਗਾ ਕਹਿ ਰਹੇ ਹੈ, ਅਤੇ ਉਹ ਕਹਿ ਰਹੇ ਕਿ ਜਸਵਿੰਦਰ ਬਰਾੜ ਮੈਨੂੰ ਪੁੱਛਣ ਨਹੀਂ ਆਈ, ਮੇਰੇ ਨਾਲ ਠੱਗੀ ਹੋ ਗਈ, 20 ਸਾਲ ਤੁਸੀਂ ਕਿੱਥੇ ਸੀਗੇ, ਤੁਸੀਂ ਪਹਿਲਾਂ ਇਹ ਸਵਾਲ ਕਿਉਂ ਨਹੀਂ ਕੀਤੇ? ਮੱਕੜ ਸਾਹਿਬ 20 ਸਾਲ ਦਾ, ਮੈਨੂੰ ਤਾਂ 30 ਸਾਲ ਹੋ ਗਏ ਇੱਥੇ, ਇਸੇ ਅਕੈਡਮੀ 'ਚੋਂ ਸਿੱਖਦੀ ਰਹੀ ਹੈ, ਇਸੇ ਅਕੈਡਮੀ 'ਚੋਂ ਉਹਦੀ ਪਹਿਲੀ ਕੈਸਟ ਹੋਈ, ਦੂਜੀ ਕੈਸਟ ਹੋਈ, 2 ਕੈਸਟਾਂ ਦੇ ਮੇਰੇ ਨਾਲ ਡਿਊਟ ਹੋਈਆਂ ਪਿੱਛੇ ਲੱਗੀਆਂ, ਤੁਸੀਂ ਦੇਖ ਸਕਦੇ ਹੋ।
ਡਿਊਟ ਇਕੱਠੀਆਂ ਦੋ ਕੈਸਟਾਂ ਉਹਨੇ ਮੇਰੇ ਨਾਲ ਗਾਈਆਂ ਹਨਾ। 10 ਸਾਲ ਦਾ ਸਮਾਂ ਮੱਕੜ ਸਾਹਿਬ ਨੇ ਇੱਥੇ ਗੁਜ਼ਾਰਿਆ ਮੇਰੇ ਨਾਲ, ਪਰ ਉਹਦਾ ਇੱਕ ਇੰਟਰਵਿਊ ਮੈਂ ਟੋਕਣਾ ਚਾਹੁੰਦਾ ਇੱਥੇ, ਕਾਬਲ ਸਾਹਿਬ ਇੱਕ ਟੋਕਣਾ ਚਾਹੁੰਦਾ, ਇੱਕ ਇੰਟਰਵਿਊ ਮੈਂ ਸੁਣੀ, ਉਸ ਇੰਟਰਵਿਊ 'ਚ ਜਸਵਿੰਦਰ ਬਰਾੜ ਕਹਿ ਰਿਹਾ ਕਿ ਮੈਨੂੰ ਆਪਣੇ ਗੁਰੂ ਦੀ ਸੰਗਤ ਬਹੁਤ ਥੋੜ੍ਹੇ ਸਮੇਂ ਵਾਸਤੇ ਕਰਨ ਨੂੰ ਮਿਲੀ ਹੈ। ਬਿਲਕੁਲ ਇਹ ਮੱਕੜ ਸਾਹਿਬ ਦੀ ਝੂਠ ਹੈ, ਜੇ ਉਹਨੇ ਇਹ ਗੱਲ ਕਹੀ ਹੈ ਤਾਂ ਗੱਲ ਬਿਲਕੁਲ ਝੂਠ ਹੈ। ਘੱਟੋ ਘੱਟ ਉਹਨੇ 10 ਸਾਲ ਦਾ ਸਮਾਂ ਮੇਰੇ ਨਾਲ ਗੁਜ਼ਾਰਿਆ ਇੱਥੇ, 10 ਸਾਲ ਉਹਨੇ ਸਿੱਖਿਆ, 10 ਸਾਲਾਂ 'ਚ ਕੰਮ ਵੀ ਅਸੀਂ ਇਕੱਠੇ ਨੇ ਕੀਤਾ, ਅਖਾੜੇ ਵੀ ਇਕੱਠੇ ਨੇ ਲਾਏ, ਉਹਦੀਆਂ ਇਕੱਲੀ ਦੀਆਂ ਕੈਸਟਾਂ ਵੀ ਹੋਈਆਂ, ਉਹਨੇ ਦੂਜੇ ਮੁੰਡੇ ਨਾਲ ਗਾਇਆ ਉਹ ਵੀ ਕੈਸਟਾਂ ਮੈਂ ਹੀ ਕਰਵਾਈਆਂ ਉਹਦੀਆਂ, ਉਹਦੇ 'ਚ ਵੀ ਮੇਰਾ ਯੋਗਦਾਨ ਸੀਗਾ, ਟਿਊਨਾਂ ਉਹਨਾਂ ਦੀ ਮੈਂ ਬਣਾਈਆਂ, ਰਹਿਸਲ ਉਹਨਾਂ ਦੀ ਮੈਂ ਕਰਵਾਈ, ਜਿੰਨਾ 'ਚ ਇੱਕ ਕਾਫੀ ਡਿਊਟ ਕੈਸਟ ਆ ਬਲਕਾਰ ਨਖੀਲਾ ਇੱਕ ਸਿੰਗਰ ਆ, ਉਹਦੇ ਨਾਲ ਡਿਊਟ ਕੈਸਟ ਉਹਦੀ ਵੀ ਰਹਿਸਲ ਇੱਥੇ ਕੀਤੀ, ਬਲਕਾਰ ਸਿੱਧੂ ਨਾਲ ਉਹਨੇ ਪ੍ਰੋਗਰਾਮ ਕੀਤੇ ਉਹਦੀ ਵੀ ਰਹਿਸਲ ਇੱਥੇ ਕੀਤੀ, ਹਰਦੇਵ ਮਾਹੀ ਨੰਗਲ ਨਾਲ ਉਹਨੇ ਸ਼ੋਅ ਕੀਤੇ ਉਹਦੀ ਵੀ ਰਹਿਸਲ ਇੱਥੇ ਕੀਤੀ, ਜਿੰਨੀਆਂ ਵੀ ਉਹਨੇ ਡਿਊਟ ਕੈਸਟ। ਤੁਹਾਨੂੰ ਇਹਨਾਂ ਰਹਿਸਲਾਂ ਦਾ ਕੀ ਮਿਲਿਆ, ਕਿੰਨੇ ਕੁ ਪੈਸੇ ਹੁਣ ਤਾਈਂ ਮਿਲੇ ਆ? ਮੈਨੂੰ ਤਾਂ ਕੁਛ ਮਿਲਿਆ ਨਹੀਂ ਮੱਕੜ ਸਾਹਿਬ, ਕੀ ਕਹਿਣਾ ਵੀ ਉਦੋਂ 1000-2000 ਰੁਪਈਆ ਮਿਲ ਗਿਆ ਹੋਵੇ ਬਸ, ਅੱਜ ਤੋਂ ਤੁਸੀਂ ਲਾ ਲਓ 15 ਸਾਲ ਪਹਿਲਾਂ 1000-2000 ਰੁਪਈਏ ਨਾਲ ਕੀ ਬੰਦਾ ਕੀ ਕਰ ਲੂਗਾ, ਕਿੰਨੇ ਕਾਲ ਦੀ ਕਵਿਤਾ ਨੂੰ ਚਲੋ ਕਿੱਥੇ ਮੈਂ ਉਹਦੀ ਕੁੜੀ ਨੂੰ ਪੜ੍ਹਾ ਲੂੰਗਾ 1000-2000 ਨਾਲ। ਤੁਹਾਡੇ ਹੁਣ ਦੇ ਕੀ ਹਾਲਾਤ ਹੈ? ਹੁਣ ਦੇ ਹਾਲਾਤ ਮੱਕੜ ਸਾਹਿਬ ਬਹੁਤ ਜ਼ਿਆਦਾ ਕ੍ਰਿਟੀਕਲ ਹੈ, ਬਹੁਤ ਜ਼ਿਆਦਾ ਮਾੜੇ ਆ, ਕਿਉਂਕਿ ਉਹ ਤਾਂ ਅੱਜ ਵੀ ਕਮਾਈ ਜਾਂਦੀ ਹੈ, ਉਹ ਤਾਂ ਅੱਜ ਵੀ 60-70 ਹਜ਼ਾਰ ਰੋਜ਼ ਲੈਂਦੀ ਹੈ, ਅਸੀਂ ਰੋਜ਼ 70 ਰੁਪਈਏ ਵੀ ਨਹੀਂ ਕਮਾਉਂਦੇ, ਉਹ 60-70 ਹਜ਼ਾਰ ਡੇਲੀ ਕਮਾਉਂਦੀ ਹੈ, 60-70 ਹਜ਼ਾਰ ਕਮਾਉਣ ਦੇ ਬਾਵਜੂਦ ਮੱਕੜ ਸਾਹਿਬ ਯਾਰ ਤੁਸੀਂ ਇੱਥੇ ਬੈਠੇ ਹੋ, ਤੁਸੀਂ ਦੇਖ ਸਕਦੇ ਹੋ ਇੰਟਰਵਿਊ ਤੋਂ ਬਾਅਦ, ਇਹ ਮੇਰੀ ਜਿਹੜੀ ਅਕੈਡਮੀ ਦੇ ਸ਼ੈਟਰ ਵੀ ਹੈ ਨਹੀਂ ਬਾਹਰ, ਸ਼ੈਟਰ ਹੈ ਨਹੀਂ ਮੱਕੜ ਸਾਹਿਬ ਦੇ, ਤੁਸੀਂ ਖੁਦ ਦੇਖ ਸਕਦੇ ਹੋ, ਦਰਸ਼ਕਾਂ ਨੂੰ ਦਿਖਾ ਵੀ ਸਕਦੇ ਹੋ, ਆਹ ਮੇਰੀ ਜੇਬ 'ਚ ਬਿੱਲ ਆ ਮੱਕੜ ਸਾਹਿਬ, ਇਹ ਮੈਂ ਤੁਹਾਨੂੰ ਦਿਖਾ ਦਿੰਦਾ, ਦੇਖੋ ਇਹ ਇੱਥੋਂ ਅਕੈਡਮੀ ਦਾ ਮੇਰੀ ਦਾ ਬਿੱਲ ਆ, ਤੁਸੀਂ ਖੁਦ ਦੇਖ ਸਕਦੇ ਹੋ, ਇਹ ਕੋਈ ਜਾਣ ਕੇ ਨਹੀਂ ਮੈਂ ਲੈ ਕੇ ਆਇਆ, ਆਹ ਦੇਖ ਲਓ ਥੱਲੇ ਇਹਦੇ ਕਿੰਨਾ ਲਿਖਿਆ ਮੱਕੜ ਸਾਹਿਬ, ਤੁਸੀਂ ਦੱਸ ਦਿਓ ਕਿੰਨੇ, 17,605, ਹਾਂ 17,605 ਆ ਮੱਕੜ ਸਾਹਿਬ ਇੱਥੋਂ ਦਾ ਬਿੱਲ ਅਕੈਡਮੀ ਦਾ, ਜਿੱਥੇ ਉਹ ਸਿੱਖਦੀ ਰਹੀ ਆ, ਇਸ ਅਕੈਡਮੀ ਦੇ ਸ਼ੈਟਰ ਹੈ ਨਹੀਂ ਜਿੱਥੇ ਉਹ ਸਿੱਖਦੀ ਰਹੀ ਆ, ਕੀ ਉਹਦੇ ਕੋਲ 17,000 ਰੁਪਇਆ ਨਹੀਂ 20 ਸਾਲ 'ਚ ਆ ਸਕਿਆ, ਕੀ ਉਹਦੇ ਕੋਲ 10-12 ਹਜ਼ਾਰ ਰੁਪਇਆ ਨਹੀਂ ਆ ਸਕਿਆ ਵੀ ਸ਼ੈਟਰ? ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਜਸਵਿੰਦਰ ਬਰਾੜ ਦੇ ਨਾਲ? ਮੇਰੀ ਆਖਰੀ ਮੁਲਾਕਾਤ ਤਾਂ ਮੱਕੜ ਸਾਹਿਬ ਥੋੜ੍ਹਾ ਚਿਰ ਪਹਿਲਾਂ ਮੈਨੂੰ ਮਿਲੀ ਸੀ, ਕੁਦਰਤੀ ਤੁਰੇ ਜਾਂਦੇ ਰੋਡ 'ਤੇ ਮਤਲਬ ਕਿਤੇ ਮਿਲੀ ਸੀ, ਬਸ ਉਹਨੇ ਪਛਾਣ ਲਿਆ ਤੁਹਾਨੂੰ, ਮੈਨੂੰ ਉਹਨੇ ਪਛਾਣ ਲਿਆ ਕੁਦਰਤੀ, ਮੈਂ ਉਹਦੀ ਗੱਡੀ ਦੇ ਮੂੰਹ 'ਤੇ ਲੰਘਿਆ ਸੀਗਾ, ਉਹਨੇ ਪਛਾਣ ਲਿਆ ਅਤੇ ਫਿਰ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਮਤਲਬ ਮੈਨੂੰ ਬੁਲਾਇਆ, ਅਤੇ ਮਤਲਬ ਉਹੀ ਜਿਵੇਂ ਹੁੰਦੇ ਗੁਰੂ ਚੇਲੇ। 2-3 ਸਵਾਲ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਕੀ ਤੁਸੀਂ ਉਹਦੇ ਕੋਲ ਗਏ ਔਰ ਤੁਸੀਂ ਇਹਨਾਂ ਚੀਜ਼ਾਂ ਦੀ, ਇਹਨਾਂ ਹਾਲਾਤਾਂ ਦੀ ਉਹਨਾਂ ਅੱਗੇ ਜ਼ਿਕਰ ਕੀਤਾ ਅਤੇ ਉਹਨਾਂ ਨੇ ਮਦਦ ਨਹੀਂ ਕੀਤੀ? ਦੂਜੀ ਗੱਲ ਇਹ ਹੈ ਕਿ ਕੀ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਤੁਹਾਡੇ ਇਹ ਹਾਲਾਤ? ਮੱਕੜ ਸਾਹਿਬ ਇਹ ਤਾਂ ਕਿਵੇਂ ਹੋ ਸਕਦਾ, ਉਹ ਬਠਿੰਡੇ 'ਚ ਰਹਿੰਦੀ ਹੈ, ਮੈਂ ਵੀ ਬਠਿੰਡੇ 'ਚ ਰਹਿੰਦਾ, ਉਹ ਬਠਿੰਡੇ 'ਚ 2-4 ਕਿਲੋਮੀਟਰ ਸ਼ਹਿਰ ਦੇ ਪਰਲੇ ਪਾਸੇ ਰਹਿੰਦੀ ਹੈ, ਮੈਂ ਸ਼ਹਿਰ ਦੇ ਇਸ ਸਾਈਡ 'ਤੇ ਰਹਿੰਦਾ, ਮੈਂ ਬੀਬੀ ਵਾਲੇ ਰੋਡ 'ਤੇ ਰਹਿੰਦਾ, ਉਹ ਸਟੇਸ਼ਨ ਦੇ ਪਰਲੇ ਪਾਸੇ ਰਹਿੰਦੀ ਬਠਿੰਡੇ 'ਚ, ਅਸੀਂ ਦੋਨੇ ਬਠਿੰਡੇ 'ਚ ਰਹਿੰਦੇ ਹਾਂ, ਜਿਹੜੇ ਮੁੰਡੇ ਉਹਦੇ ਨਾਲ ਜਾਂਦੇ ਉਹ ਸਾਰੇ ਇੱਥੋਂ ਜਾਂਦੇ ਆ, ਉਹ ਸਾਰਿਆਂ ਨੂੰ ਪਤਾ ਹੀ ਆ। 20 ਸਾਲ 'ਚ ਮੱਕੜ ਸਾਹਿਬ ਮੈਂ ਇਹ ਸੋਚਿਆ ਵੀ 20 ਸਾਲ 'ਚ ਸਿਆਣੇ ਦੀ ਇੱਕ ਕਹਾਵਤ ਆ, ਉਹ ਕਹਿੰਦੇ ਵੀ ਜੇ ਇੱਥੇ ਬੰਦਾ ਬੈਠਾ ਨਹੀਂ ਦੱਸਦਾ ਤਾਂ ਖੜ੍ਹਾ ਵੀ ਨਹੀਂ ਦੱਸਦਾ ਫਿਰ। ਪਰ ਤੁਹਾਨੂੰ ਕੋਈ ਵਾਅਦਾ ਕੀਤਾ ਸੀ ਉਦੋਂ ਜਦੋਂ ਸ਼ੁਰੂਆਤ ਹੋਈ, ਜਦੋਂ ਪਹਿਲੀ ਟੇਪ ਤੁਸੀਂ ਕਹਿ ਰਹੇ ਹੋ ਤੁਸੀਂ ਕਢਾਈ, ਤੁਸੀਂ ਇਹ ਵੀ ਦੱਸਿਆ ਕਿ ਤੁਸੀਂ ਕਦੇ ਘਰੇ ਜਾਣ ਦੇ ਉਹਨਾਂ ਕੋਲ ਪੈਸੇ ਨਹੀਂ ਸੀਗੇ ਔਰ ਉਹਨਾਂ ਹਾਲਾਤਾਂ 'ਚ ਵੀ ਤੁਸੀਂ ਨਾਲ ਖੜ੍ਹੇ ਹੋ। ਬਿਲਕੁਲ ਮੱਕੜ ਸਾਹਿਬ ਮੈਂ ਤੁਹਾਡੀ ਗੱਲ ਵਿੱਚ ਆ, ਮੈਂ ਜਦੋਂ ਰਕਸ਼ੇ 'ਤੇ ਆਉਂਦੀ ਸੀ ਨਾ 10 ਰੁਪਏ ਕਿਰਾਇਆ ਲਾ ਕੇ ਇੱਥੇ ਸਿੱਖਣ ਵਾਸਤੇ, ਉਹਦੀ ਹਾਲਾਤ ਬਹੁਤ ਮਾੜੇ ਸੀਗੇ, ਮੇਰੇ ਉਸ ਤੋਂ ਵੀ ਜ਼ਿਆਦਾ ਮਾੜੇ ਸੀ, ਉਹ ਤਾਂ ਘਰੋਂ ਥੋੜ੍ਹੀ ਸੈੱਟ ਸੀ, ਮੈਂ ਤਾਂ ਉਦੋਂ ਵੀ ਮਾੜੇ ਹਾਲਾਤ ਸੀਗੇ ਮੇਰੇ ਤਾਂ, ਮੈਂ ਪਹਿਲਾਂ ਘਰੋਂ ਬਹੁਤ ਗਰੀਬ ਸੀਗਾ। ਉਹਨੂੰ ਮੈਂ ਰਹਿਸਲ ਤੋਂ ਬਾਅਦ, ਉਦੋਂ ਮੇਰੇ ਕੋਲ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਸਿੱਖਦੇ ਸੀਗੇ, ਉਹਦੀ ਬਾਰੀ ਰਹਿਸਲ ਦੀ ਬਾਅਦ 'ਚ ਆਉਂਦੀ ਸੀ ਜਿਵੇਂ, ਅਤੇ ਮੈਂ ਉਹਨੂੰ ਬਾਅਦ 'ਚ ਮੱਕੜ ਸਾਹਿਬ ਸਾਈਕਲ 'ਤੇ ਛੱਡ ਕੇ ਆਉਂਦਾ ਰਿਹਾ, ਕਰਕੇ ਮੇਰੇ ਕੋਲ ਵੀ ਸਾਈਕਲ ਹੀ ਸੀਗਾ, ਲੈ ਦੇ ਕੇ ਹੋਰ ਕੁਛ ਨਹੀਂ ਸੀ, ਮੇਰੇ ਕੋਲ ਸਟਰਗਲ ਟਾਈਮ ਸੀਗਾ ਮੇਰਾ, ਮੈਂ ਉਹਨੂੰ ਸਾਈਕਲ 'ਤੇ ਛੱਡ ਕੇ ਆਉਂਦਾ ਰਿਹਾ ਮੱਕੜ ਸਾਹਿਬ, ਇਸ ਕਰਕੇ ਇਹ ਸੋਚ ਕੇ
ਸਾਈਕਲ 'ਤੇ ਛੱਡ ਕੇ ਉਹਨਾਂ ਨੇ ਵੀ ਜਦੋਂ ਕੱਲ੍ਹ ਨੂੰ ਇਹ ਸਟੈਂਡ ਹੋਊਗੀ, ਜਦੋਂ ਇਹ ਪੈਰਾਂ 'ਤੇ ਖੜੀ ਹੋਊਗੀ, ਵੀ ਸ਼ਾਇਦ ਮੈਨੂੰ ਸਾਈਕਲ ਦੀ ਜਗ੍ਹਾ 'ਤੇ ਮੋਟਰਸਾਈਕਲ ਸ਼ਾਇਦ ਮੈਨੂੰ ਕਦੇ ਲੈ ਦੂਗੀ ਆਪਦੀ ਗੱਡੀ 'ਚੋਂ। ਉਹ ਸਾਈਕਲ ਵੀ ਮੇਰਾ ਵੇਖ ਗਿਆ ਮੱਕੜ ਸਾਹਿਬ, ਮੋਟਰਸਾਈਕਲ ਦਾ ਕੀ, ਉਹਨੇ ਕਦੇ ਲੱਕੜ ਦਾ ਸਾਈਕਲ ਵੀ ਨਹੀਂ ਲੈ ਕੇ ਦਿੱਤਾ, ਕਦੇ ਆਟੇ ਦੀ ਥੈਲੀ ਵੀ ਨਹੀਂ ਲੈ ਕੇ ਦੀ। ਅੱਜ ਦੀ ਡੇਟ ਤੱਕ ਗੱਲ ਕਰਦਾ ਮੱਕੜ ਸਾਹਿਬ, ਮੈਂ ਅੱਜ ਸੰਨ 2019 ਦੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਗੱਲ ਕਰਦਾ ਦਰਸ਼ਕੋ ਮੈਂ 2019 ਦੀ ਗੱਲ ਆ। ਜੇ ਕੋਈ ਬੰਦਾ ਇਸ ਗੱਲ ਨੂੰ ਝੂਠ ਮੰਨਦਾ ਤਾਂ ਮੇਰਾ ਫੇਸਬੁੱਕ 'ਤੇ ਨੰਬਰ ਹੈਗਾ, ਕੋਈ ਵੀ ਬੰਦਾ ਮੇਰੇ ਨਾਲ ਫੇਸਬੁੱਕ 'ਤੇ ਸੰਪਰਕ ਕਰ ਸਕਦਾ, ਮੇਰਾ ਫੇਸਬੁੱਕ 'ਤੇ ਨੰਬਰ ਹੈਗਾ ਗੁਰਤੇਜ ਕਾਬਲ, ਤੁਸੀਂ ਭਰੋਗੇ ਫੇਸਬੁੱਕ 'ਤੇ, ਉਹਦੇ 'ਚ ਮੇਰਾ ਸਾਰਾ ਡਾਟਾ ਮਿਲ ਜਾਂਦਾ। ਕਾਬਲ ਸਾਹਿਬ, ਮੇਰਾ ਸਵਾਲ ਇਹ ਕਿ ਅੱਜ ਦੇ ਹਾਲਾਤ ਜਿਹੜੇ ਨੇ, ਤੁਹਾਡੀ ਬੇਟੀ ਹੈ ਛੋਟੀ, ਉਹਦਾ ਸਕੂਲ ਹੈ, ਉਹਦਾ ਖਰਚਾ ਹੈ, ਤੁਹਾਡੇ ਇੱਥੇ ਅਤੇ ਆਪਣੇ ਖਰਚੇ ਨੇ, ਤੁਹਾਡੇ ਕੋਲ ਕਮਾਈ ਦੇ ਕੋਈ ਬਹੁਤੇ ਸਾਧਨ, ਬਹੁਤੇ ਸੋਰਸ ਸਾਨੂੰ ਨਜ਼ਰ ਨਹੀਂ ਆ ਰਹੇ, ਉਹਦੇ ਵਾਸਤੇ ਕੀ ਸੋਚਿਆ, ਆਪਣੀ ਬੇਟੀ ਵਾਸਤੇ ਕੀ ਸੋਚਿਆ? ਮੱਕੜ ਸਾਹਿਬ, ਮੈਂ ਤਾਂ ਇਹੀ ਸੋਚਿਆ ਸੀ ਵੀ ਜਦੋਂ ਮੇਰੇ ਜਿਹੜੇ ਸ਼ਾਗਿਰਦ ਆ, ਜਿਹੜੇ ਮੇਰੇ ਸਟੂਡੈਂਟ ਆ, ਜਦੋਂ ਕਾਮਯਾਬ ਹੋ ਗਏ, ਕਮ ਸੇ ਕਮ ਵੀ ਮੇਰੀ ਹੈਲਪ ਨਾ ਕਰਨ, ਮੇਰੀ ਬੇਟੀ ਦੀ ਹੈਲਪ ਕਰ ਸਕਦੇ। ਅੱਜ ਮੱਕੜ ਸਾਹਿਬ, ਮੇਰੀ ਬੇਟੀ ਪੈਸੇ 'ਤੇ ਵਜ੍ਹਾ ਕਰਕੇ, ਪੈਸਿਆਂ ਤੋਂ ਬਿਨਾਂ, ਅੱਜ ਮੇਰੀ ਬੇਟੀ ਸਰਕਾਰੀ ਸਕੂਲ 'ਚ ਪੜ੍ਹਦੀ ਹੈ, ਉਹਦੇ ਕੋਲ, ਮੇਰੇ ਕੋਲ ਉਹਨੂੰ ਪੜ੍ਹਾਉਣ ਵਾਸਤੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਵਾਸਤੇ ਪੈਸੇ ਹੈ ਨਹੀਂ, ਮੇਰੇ ਕੋਲ ਬਿੱਲ ਭਰਨ ਦੇ ਪੈਸੇ ਹੈ ਨਹੀਂ, ਮੇਰੇ ਕੋਲ ਸ਼ੈਟਰ ਲਵਾਉਣ ਨੂੰ ਪੈਸੇ ਹੈ ਨਹੀਂ, ਅਤੇ ਜਿਹੜਾ ਮੇਰਾ ਆਪਣਾ ਗੁਜ਼ਾਰਾ ਚੱਲਦਾ, ਜਿਹੜੇ ਮੇਰੇ ਹੋਰ ਸਟੂਡੈਂਟ ਆ ਉਹ ਤੋਂ ਬਿਨਾਂ, ਜਿਹੜੇ ਉਹ ਕਦੇ ਕੋਈ ਵਿਚਾਰਾ ਕਣਕ ਦੇ ਜਾਂਦਾ 10-20 ਕਿਲੋ, ਕਦੇ ਕਿਸੇ ਨੇ ਕੋਈ ਹੋਰ ਚੀਜ਼ ਹੈਲਪ ਕਰਤੀ, ਮੇਰੀ ਇਸ ਤਰੀਕੇ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲਦਾ। ਮੇਰੇ ਕੋਲ ਮੱਕੜ ਸਾਹਿਬ ਇਸ ਟਾਈਮ 2 ਸਟੂਡੈਂਟ ਸਿੱਖਦੇ ਆ, 2 ਬੱਚੇ ਮੇਰੇ ਕੋਲ ਸਿੱਖਦੇ ਆ, ਉਹ 2500 ਰੁਪਇਆ ਇੱਕ ਸਟੂਡੈਂਟ ਮੈਨੂੰ ਦਿੰਦਾ, ਦੋਵਾਂ ਦਾ 5000 ਰੁਪਇਆ ਬਣਦਾ, ਉਹ ਵੀ ਹੁਣ ਬੱਚੇ ਆ ਨਹੀਂ ਰਹੇ, 1 ਮਹੀਨਾ ਹੋ ਗਿਆ, ਅਤੇ ਮੈਂ ਬੜੇ ਮਾੜੇ ਹਾਲਾਤਾਂ 'ਚ ਅੱਜ ਦੀ ਜਿਹੜੀ ਜ਼ਿੰਦਗੀ ਆ ਉਹ ਕੱਢ ਰਿਹਾ ਮੱਕੜ ਸਾਹਿਬ। ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਉਹਨੂੰ, ਮੈਂ ਉਹਦੇ ਕਦੇ ਕੋਈ ਮੰਗਣ ਨਹੀਂ ਗਿਆ, ਕਦੇ ਉਹਨੂੰ ਮੈਂ ਕਿਸੇ ਗੱਲੋਂ ਤੰਗ ਨਹੀਂ ਕੀਤਾ, ਕਦੇ ਉਹਦੇ ਘਰੇ ਨਹੀਂ ਗਿਆ, ਕਦੇ ਉਹਨੂੰ ਮੈਂ ਫੋਨ ਨਹੀਂ ਕੀਤਾ, ਮੈਨੂੰ ਤਾਂ ਵੀ ਉਹਨੇ ਵਾਅਦੇ ਕੀਤੇ ਉਹ ਖੁਦ ਨਿਭਾਓ, ਅੱਜ ਉਹ ਅੱਜ ਵੀ ਸ਼ੋਅ ਲਾਈ ਜਾਂਦੀ ਆ, ਉਹ ਅੱਜ ਵੀ ਕਮਾਈ ਕਰੀ, ਮੈਂ ਕਹਿੰਦਾ ਘਰੇ ਚੰਗੀ ਗੱਲ ਹੈ, ਕਮਾਈ ਕਰਨ ਵਾਸਤੇ ਮੈਂ ਉਹਦੇ ਪਿੱਛੇ ਇੰਨੀ ਮਿਹਨਤ ਕੀਤੀ ਹੈ ਨਾ। ਪਰ ਕੀ ਸਵਾਲ ਤਾਂ ਇਹ ਹੈ ਨਾ ਕਿ ਜਸਵਿੰਦਰ ਬਰਾੜ ਅੱਜ ਇੰਟਰਵਿਊ ਜੇ ਉਹ ਦੇਖ ਲੈਂਦੇ ਆ ਤਾਂ ਤੁਹਾਡੇ ਗਿਲੇ ਨੇ, ਤੁਹਾਡੇ ਦਿਲ 'ਚ ਤਕਲੀਫ਼ ਹੈ, ਤੁਸੀਂ ਅੱਜ ਮਾੜੇ ਦੌਰ 'ਚੋਂ ਨਿਕਲ ਰਹੇ ਹੋ ਸਕਦਾ ਕਿ ਉਹ ਕਹਿਣ ਕਿ ਮੇਰੇ ਤੱਕ ਉਸਤਾਦ ਜੀ ਤੁਸੀਂ ਆਏ ਨਹੀਂ ਅਤੇ ਮੈਂ ਤੁਹਾਡੀ ਮਦਦ ਕਿਵੇਂ ਕਰ ਦਿੰਦੀ। ਮੱਕੜ ਸਾਹਿਬ, ਇਹ ਤਾਂ ਕਿਵੇਂ ਹੋ ਸਕਦਾ, ਉਹਨਾਂ ਨੂੰ ਸਾਰਾ ਪਤਾ ਹੀ ਹੈ ਨਾ, ਇੰਟਰਵਿਊ ਦੇਖਦੀ ਆ ਉਹ, ਮੇਰੀਆਂ ਹੋਰ ਵੀ 1-2 ਇੰਟਰਵਿਊ ਹੋਈਆਂ, ਉਹ ਵੀ ਦੇਖੀਆਂ ਉਹਨੇ, ਮੈਨੂੰ ਕੋਈ ਅਪਰੋਚ ਨਹੀਂ, ਕੋਈ ਫੋਨ ਨਹੀਂ, ਕੋਈ ਮੈਸੇਜ ਨਹੀਂ ਕਿਸੇ ਦੇ ਜ਼ਰੀਏ, ਕੋਈ ਸੁਨੇਹਾ ਨਹੀਂ ਘੱਲਿਆ? ਨਹੀਂ ਜੀ, ਬਿਲਕੁਲ ਮੱਕੜ ਸਾਹਿਬ ਉਹਨੇ ਕੋਈ ਫੋਨ ਨਹੀਂ ਕੀਤਾ, ਕਦੇ 20 ਸਾਲ ਹੋ ਗਏ, ਕਦੇ ਕੋਈ ਬੰਦਾ ਨਹੀਂ ਭੇਜਿਆ, ਉਹਨੇ ਤਾਂ ਇਹ ਵੀ ਵਾਅਦਾ ਮੇਰੇ ਨਾਲ ਕੀਤਾ ਸੀ, ਇੱਕ ਵਾਰੀ ਉਹਨੇ ਮੈਨੂੰ ਆਪਦੇ ਘਰੇ ਬੁਲਾਇਆ ਸੀ ਅੱਜ ਤੋਂ 10-15 ਸਾਲ ਪਹਿਲਾਂ, ਜਦੋਂ ਉਹ ਸੈੱਟ ਹੋ ਗਈ ਸੀ, ਵਧੀਆ ਉਹਦੀ ਚੜ੍ਹਾਈ ਸੀ, ਹੁਣ ਵੀ ਹੈ, ਉਦੋਂ ਵੀ ਸੀਗੀ, ਉਹ ਕਹਿੰਦੀ ਉਸਤਾਦ ਜੀ ਤੁਸੀਂ, ਜਿਹੜੀ ਗੁਰੂ ਚੇਲੇ ਦੀ ਇੱਕ ਰਸਮ ਹੁੰਦੀ ਹੈ ਮੱਕੜ ਸਾਹਿਬ, ਪੱਗ ਸਾਡੀ ਜਿਹੜੀ ਸੰਗੀਤਕ ਲੈਣ ਹੈ ਨਾ, ਇਹ 'ਚ ਇੱਕ ਰਸਮ ਹੁੰਦੀ ਹੈ, ਗੁਰੂ ਅਤੇ ਚੇਲਾ ਜਦੋਂ ਇੱਕ ਦੂਜੇ ਦੇ ਗੁਰੂ ਚੇਲਾ ਬਣਦੇ ਆ, ਉਹਨੂੰ ਕਹਿੰਦੇ ਆ ਪੱਗ, ਗੁਰੂ ਨੂੰ ਪੱਗ ਦੇਣੀ ਹੁੰਦੀ ਹੈ ਚੇਲੇ ਨੇ, ਉਹ ਕਹਿੰਦੇ ਉਸਤਾਦ ਜੀ ਮੈਂ ਜਿਹੜੀ ਤੁਹਾਨੂੰ ਪੱਗ ਦੇਣੀ ਆ ਉਹਦੇ ਘਰੇ ਬੁਲਾ ਕੇ, ਉਹਨੇ ਇਹ ਗੱਲ ਕਹੀ ਹੈ, ਉਹਦੇ ਆਪਦੇ ਅਲਫਾਜ਼ ਹੈ ਮੱਕੜ ਸਾਹਿਬ, ਉਹ ਕਹਿੰਦੀ ਉਸਤਾਦ ਜੀ ਮੈਂ ਤੁਹਾਨੂੰ ਪੱਗ ਜਿਹੜੀ ਦੇਣੀ ਹੈ ਉਹਦੇ 'ਚ ਇੱਕ ਸੋਨੇ ਦਾ ਗਹਿਣਾ ਬਣਾਉਂਦਾ ਉਹਦੇ ਇਸ ਗੁਰੂ ਨੂੰ, ਅਤੇ ਨਾਲ ਕੱਪੜੇ ਦੇਣੇ ਹੁੰਦੇ ਆ, ਉਹਨੂੰ ਪੱਗ ਕਹਿੰਦੇ ਆ ਮੱਕੜ ਸਾਹਿਬ ਸਾਡੀ ਲਾਈਨ 'ਚ ਸੰਗੀਤ ਲਗਾਉਣ 'ਚ, ਉਹ ਕਹਿੰਦੇ ਉਸਤਾਦ ਜੀ ਜਦੋਂ ਮੈਂ ਤੁਹਾਨੂੰ ਪੱਗ ਦੇਣੀ ਅਤੇ ਮੈਂ ਸੋਨੇ ਦੀ ਜਿਹੜੀ ਉਹ ਤਾਂ ਕਰਨਾ ਹੀ ਕਰਨਾ, ਜਿਹੜਾ ਮਾਨ ਦਿਨ ਕੱਪੜੇ ਦੇਣੇ ਜਾਂ ਸੋਨਾ ਸੋਨਾ ਮਾੜਾ ਮੋਟਾ ਜਿਹੜਾ ਪਾਉਣਾ ਹੈ ਨਾ, ਉਹ ਕਹਿੰਦੀ ਉਹਦੇ ਨਾਲ ਮੈਂ ਚਾਹੁੰਦੀ ਵੀ ਤੁਹਾਨੂੰ ਮੈਂ 4 ਰੁਪਈਆਂ ਵਾਲੀ ਕੋਈ ਚੀਜ਼ ਗਿਫਟ ਦੇਵਾਂ। ਉਹਨੇ ਘਰੇ ਬੁਲਾ ਕੇ ਆਪਣੇ ਇਹ ਗੱਲ ਮੇਰੇ ਨਾਲ ਕੀਤੀ, ਉਹਦੀ ਫੈਮਿਲੀ ਵੀ ਉੱਥੇ ਮੌਜੂਦ ਸੀ, ਉਹਦੀ ਮੰਮੀ ਵੀ ਸੀਗੀ। ਮੈਂ ਕਿਹਾ ਵੀ ਧੰਨਵਾਦ ਆ ਨਾ ਜੇ ਤੁਸੀਂ ਏਡਾ ਵੱਡਾ ਸੋਚ ਤੁਹਾਡੀ ਏਡੀ ਵੱਡੀ ਹੈ, ਹੁਣ ਉਹ ਚਲਾਉਣੇ ਹੋ ਤੁਸੀਂ ਜਿਹੜੀ 4 ਰੁਪਈਆਂ ਵਾਲੀ ਗਿਫਟ ਆਈ ਸੀਗੀ ਉਹ ਵਧੀਆ ਚੱਲ ਰਹੀ ਹੈ ਤੁਹਾਡੀ? ਮੈਂ ਕਿਹਾ ਮੱਕੜ ਸਾਹਿਬ ਚਲਾਉਣ ਦੀ ਗੱਲ, ਉਹਦੀ ਫੋਟੋ ਕਾਪੀ ਵੀ ਨਹੀਂ ਆਈ, ਤੁਸੀਂ ਚਲਾਉਣ ਦੀ ਗੱਲ ਕਰਦੇ, 4 ਰੁਪਈਆਂ ਵਾਲੀ ਕੀ, 2 ਰੁਪਈਆਂ ਵਾਲੀ ਵੀ ਨਹੀਂ ਆਈ, ਮੈਂ ਤਾਂ 2 ਰੁਪਈਆਂ ਵਾਲੀ ਛੱਡ ਕੇ ਆਉਂਦਾ ਰਿਹਾ ਘਰੇ ਉਹਨੂੰ ਰਹਿਸਲ ਤੋਂ ਬਾਅਦ, ਤੇ 4 ਰੁਪਈਆਂ ਵਾਲੀ ਕੀ, ਉਹਨੇ ਤਾਂ 2 ਰੁਪਈਆਂ ਵਾਲੀ ਵੀ ਨਹੀਂ ਲੈ ਕੇ ਦਿੱਤੀ, ਦੁਕਾਨ 'ਤੇ ਇਸੇ ਗੱਲ ਦਾ ਹੀ ਹੈ।
ਤੁਸੀਂ ਇਹ ਵੀ ਕਹਿ ਰਹੇ ਹੋ ਕਿ ਹਰਦੇਵ ਮਾਹੀ ਨੰਗਲ ਵੀ ਤੁਹਾਡੇ ਸ਼ਾਗਿਰਦ ਰਹੇ ਹੈ? ਹਾਂ, ਉਹ ਵੀ ਮੇਰੇ ਕੋਲ ਸਿੱਖਦੇ ਸੀ ਮੱਕੜ ਸਾਹਿਬ। ਕੱਲੀ ਜਸਵਿੰਦਰ ਬਰਾੜ ਤਾਂ ਨਹੀਂ, ਉਹਨਾਂ ਤੋਂ ਵੀ ਤੁਸੀਂ ਸਵਾਲ ਕਰ ਸਕਦੇ ਸੀ ਜੇ ਉਹ ਤੁਹਾਡੇ ਚੇਲੇ ਸੀ, ਤੁਹਾਨੂੰ ਉਹ ਕੁਛ ਦੇ ਦਿੰਦੇ, ਉਹ ਵੀ ਤਾਂ ਬਹੁਤ ਵੈਲ ਸੈਟਲਡ ਨੇ। ਬਿਲਕੁਲ, ਇਹ ਤੁਹਾਡੀ ਗੱਲ ਸਹੀ ਹੈ ਮੱਕੜ ਸਾਹਿਬ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਹਰਦੇਵ ਮਾਹੀ ਨੰਗਲ ਦੀ ਗੱਲ ਸੁਣ ਲਓ, ਹਰਦੇਵ ਮਾਹੀ ਨੰਗਲ ਮੇਰੇ ਕੋਲ ਸਿੱਖਦਾ ਰਿਹਾ, ਵੀਰ ਦਵਿੰਦਰ ਮੇਰੇ ਕੋਲ ਸਿੱਖਦਾ ਰਿਹਾ, ਪ੍ਰੀਤ ਬਰਾੜ ਇੱਕ ਮੇਰਾ ਚੇਲਾ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈ, ਉਹਦਾ ਬਹੁਤ ਹਿੱਟ ਹੈ, ਉਹ ਗਾਣੇ ਸਾਰੇ ਇੱਥੇ ਬਣਾਏ ਮੱਕੜ ਸਾਹਿਬ, ਜਿਹੜੇ ਗਾਣੇ ਹਿੱਟ ਹੋਏ। ਜਸਪਾਲ ਜੱਸੀ ਇੱਕ ਮੇਰੀ ਚੇਲੀ ਹੈ, ਮਾਝੇ ਦੀ ਮੋਬਤੀ, ਇੰਨਾ ਗਾਣਾ ਹਿੱਟ ਹੋਇਆ, ਉਹ ਗਾਣਾ ਇੱਥੇ ਬਣਿਆ ਤੁਹਾਡੀ ਅਕੈਡਮੀ ਚ, ਸਾਰੇ ਗਾਣੇ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈ, ਉਹ ਸਾਰੇ ਗਾਣੇ ਇੱਥੇ ਬਣਾਏ, ਤੁਹਾਡੀ ਕੋਠੀ ਤਾਂ ਪਈ ਨਹੀਂ, ਰੌਲਾ ਤਾਂ ਹੋਈ ਹੈ। ਇਸ ਕਰਕੇ ਤਾਂ ਮੈਂ ਰੋਨਾ ਹੈ ਮੱਕੜ ਸਾਹਿਬ, ਅੱਜ ਮੈਂ ਚਾਹੁੰਦਾ ਵੀ ਮੇਰੀ ਆਵਾਜ਼ ਪਬਲਿਕ ਤੱਕ ਜਾਵੇ ਨਾ, ਜਿਹੜਾ ਮੇਰਾ ਮਸਲਾ ਹੈ। ਇਹਨਾਂ ਨੇ ਵਾਅਦੇ ਕੀਤੇ ਵੱਡੇ ਵੱਡੇ ਵੀ, ਤੁਹਾਨੂੰ ਅਸੀਂ ਕੋਠੀ ਪਾ ਦੇਣਗੇ ਉਸਤਾਦ ਜੀ, ਤੁਹਾਨੂੰ ਕਾਰ ਲੈ ਦੇਣਗੇ, ਗੱਲ ਜਸਵਿੰਦਰ ਬਰਾੜ ਦੀ ਕਰਦੇ ਸੀ, ਉਹ ਕਹਿੰਦੇ ਉਸਤਾਦ ਜੀ ਮੈਂ ਤੁਹਾਨੂੰ ਚਾਰ ਦਿਨ ਕੋਈ ਗੱਡੀ ਗਿਫਟ ਦੇਣੀ ਆ। ਬਹੁਤ ਧੰਨਵਾਦ ਹੈ ਜੀ, ਤੁਹਾਡੀ ਐਡੀ ਉੱਚੀ ਸੋਚ ਹੈ ਨਾ, ਤੁਸੀਂ ਆਪਦੇ ਗੁਰੂ ਨੇ ਏਡਾ ਵੀ ਦੂਜਿਆਂ ਤੋਂ, ਉਹ ਕਹਿੰਦੀ ਮੈਂ ਵੱਖਰਾ ਕਰਨਾ ਚਾਹੁੰਦੀ ਹਾਂ ਵੀ ਦੂਜੇ ਤਾਂ ਸਾਰੇ ਇੱਕ ਸੋਨੇ ਦੀ ਅੰਗੂਠੀ ਪਾਈ, ਪੱਗ ਦਿੱਤੀ ਗੁਰੂ ਨੂੰ, ਅਤੇ ਠੀਕ ਹੈ ਜੀ ਪੱਗ ਦੇ ਦਿੱਤੀ, ਗੁਰੂ ਚੇਲਾ ਬਣ ਗਏ। ਉਹ ਕਹਿੰਦੀ ਮੈਂ ਅੱਡ ਕਰਨੀ ਚਾਹੁੰਦੀ, ਮੈਂ ਕਿਹਾ ਵੀ ਧੰਨਵਾਦ ਆ ਤੁਹਾਡਾ, ਤੁਹਾਡੀ ਫੈਮਿਲੀ ਦਾ ਜੀ, ਤੁਸੀਂ ਇੰਨੀ ਹੈਲਪ ਕਰਨੀ। ਫਿਰ ਉਹ ਕਹਿੰਦੀ ਉਸਤਾਦ ਜੀ ਹਰ ਮਹੀਨੇ 5 ਤਰੀਕ ਨੂੰ, ਹਰ ਮਹੀਨੇ 5 ਤਰੀਕ ਨੂੰ ਤੁਹਾਡੇ ਘਰ ਰਾਸ਼ਨ ਪਹੁੰਚ ਜਾਇਆ ਕਰੂਗਾ, ਜਿੰਨਾ ਵੀ ਤੁਹਾਡੇ ਘਰ ਦਾ ਖਰਚਾ, ਤੁਹਾਡੀ ਬੇਟੀ ਦਾ, ਤੁਹਾਡੀ ਵਾਈਫ ਦਾ, ਤੁਹਾਡਾ, ਤਿੰਨਾਂ ਦਾ, ਜੋ ਵੀ ਘਰ ਦਾ ਰਾਸ਼ਨ ਪਾਣੀ ਹੈ, ਆਟਾ, ਜੋ ਵੀ ਲੂਣ ਪਾਣੀ, ਤੇਲ ਪਾਣੀ, ਜੋ ਵੀ ਹੋ ਗਿਆ, ਹਰ 5 ਤਰੀਕ ਨੂੰ ਤੁਹਾਡੇ ਘਰ। ਕਹਿੰਦੀ ਉਸਤਾਦ ਜੀ ਮੈਂ ਆਵਾਂ ਜਾਂ, ਇਹ ਕਿੰਨੀ ਪੁਰਾਣੀ ਗੱਲ ਹੈ? ਇਹ ਮੱਕੜ ਸਾਹਿਬ ਮੈਨੂੰ ਲੱਗਦਾ 15 ਸਾਲ ਪਹਿਲਾਂ ਦੀ ਗੱਲ ਹੈ ਵੀ ਮੇਰੇ ਘਰ ਦਾ ਕੋਈ ਵੀ ਮੈਂਬਰ ਆਵੇ, ਕੋਈ ਸਦੱਸਿਆ ਮੇਰੇ ਘਰ ਦਾ ਆਵੇ, ਉਸਤਾਦ ਜੀ ਤੁਹਾਡੇ ਘਰ ਹਰ 5 ਤਰੀਕ ਨੂੰ, ਮੈਂ ਭਾਵੇਂ ਨਾ ਆਵਾਂ, ਮੇਰੇ ਕੋਲ ਜੇ ਨਹੀਂ ਟਾਈਮ ਹੋਊਗਾ ਤਾਂ ਮੇਰੇ ਹਰ ਘਰ ਦਾ ਕੋਈ ਸਦੱਸਿਆ ਆਊਗਾ, ਤੁਹਾਨੂੰ ਘਰੇ ਰਾਸ਼ਨ ਜਾਂ ਉਹਦੀ ਜਗ੍ਹਾ 'ਤੇ ਪੈਸੇ ਹਰ ਮਹੀਨੇ ਦੇ ਕੇ ਜਾਏ। ਹੁਣ ਗੱਲ ਇਹ ਮੈਂ ਮੱਕੜ ਸਾਹਿਬ, ਨਾ ਤਾਂ ਉਹ ਗੱਡੀ ਆਈ ਅਜੇ ਤੱਕ, 20 ਸਾਲ ਹੋ ਗਏ, ਨਾ ਉਹਦੇ ਘਰ ਦਾ ਕੋਈ ਸਦੱਸਿਆ ਆ ਮੈਨੂੰ ਰਾਸ਼ਨ ਦੇਣ, ਨਾ ਉਹਦੇ ਘਰ ਦਾ ਕੋਈ ਸਦੱਸਿਆ ਮੈਨੂੰ ਪੈਸੇ ਦੇਣ ਵੀ ਆ ਲਓ ਤੁਹਾਡੀ ਬਿਜਲੀ ਦਾ ਬਿੱਲ ਭਰ ਲਿਓ ਜਾਂ ਤੁਸੀਂ ਆਪਦੀ ਕੁੜੀਆਂ ਦੀ ਫੀਸ ਭਰ ਲਿਓ ਸਕੂਲ ਦੀ। ਤੁਸੀਂ ਯਕੀਨ ਕਰੋ ਮੱਕੜ ਸਾਹਿਬ, ਆਹ ਮੈਂ ਇੱਧਰ ਹੱਥ ਕਰਕੇ ਕਹਿਣਾ, ਮਾਤਾ ਕਹਿੰਦੀ ਸਾਡਾ ਰੁਜ਼ਗਾਰ ਹੈ, ਇਹੀ ਕਲਾਕਾਰਾਂ ਨੂੰ ਬਣਾਉਂਦੀ ਹੈ ਅਤੇ ਇਹੀ ਢਾਉਂਦੀ ਆ। ਤੁਸੀਂ ਬਿਲੀਵ ਕਰੋ ਮੱਕੜ ਸਾਹਿਬ, ਅੱਜ ਮੇਰੀ ਗੁੜੀਆ ਜਿਹੜੀ ਆ 6 ਸਾਲ ਦੀ ਆ, ਸਰਕਾਰੀ ਸਕੂਲ 'ਚ ਪੜ੍ਹਦੀ ਆ, ਅੱਜ ਮੇਰੇ ਕੋਲ ਮੱਕੜ ਸਾਹਿਬ ਉਹਦੀ ਵਰਦੀ ਲੈਣ ਵਾਸਤੇ ਪੈਸੇ ਨਹੀਂ। ਮੇਰੀ ਗੁੜੀਆ ਕੋਲ 1 ਵਰਦੀ ਹੈ, ਮੇਰੀ ਵਾਈਫ ਉਹਨੂੰ ਧੋਂਦੀ ਹੈ ਜਦੋਂ ਸਕੂਲੋਂ ਆਉਂਦੀ ਹੈ, 2 ਵਜੇ ਉਹ, 3 ਵਜੇ ਮੇਰੀ ਵਾਈਫ ਉਹਦੀ ਵਰਦੀ ਧੋਂਦੀ ਹੈ, ਫਿਰ ਉਹ ਸੁੱਕਦੀ ਹੈ ਸਵੇਰ ਨੂੰ, ਫਿਰ ਉਹ ਸੁਬਾਹ 7 ਵਜੇ ਪਾ ਕੇ ਫਿਰ ਉਹ ਸਕੂਲ ਜਾਂਦੀ ਹੈ। ਕੋਈ ਵੀ ਬੰਦਾ ਜੇ ਕੋਈ ਗੱਲ ਨੂੰ ਇਹਦੀ ਸੱਚਾਈ ਜਾਣਨਾ ਚਾਹੁੰਦਾ ਤਾਂ ਕੋਈ ਬੰਦਾ ਮੇਰਾ ਨੰਬਰ ਫੇਸਬੁੱਕ 'ਤੇ, ਉਹ ਕਹਿ ਸਕਦਾ, ਮੈਂ ਦੇਖ ਸਕਦਾ, ਔਰ ਕੋਈ ਇੱਥੇ ਆ ਕੇ ਦੇਖ ਸਕਦਾ ਜਿਹੜਾ ਬੰਦਾ ਕੋਈ ਚਾਹੁੰਦਾ ਦੇਖਣਾ ਚਾਹੁੰਦਾ। ਇਹਨਾਂ ਨੇ ਮੇਰਾ ਠੱਗੀ ਹੈ, ਵੱਡੇ ਵੱਡੇ ਵਾਅਦੇ ਕੀਤੇ ਮੱਕੜ ਸਾਹਿਬ, ਠੱਗੀ ਨਹੀਂ। 20 ਸਾਲ ਮੱਕੜ ਸਾਹਿਬ ਤੁਹਾਡੀ ਗੱਲ ਵਿੱਚੋਂ 20 ਸਾਲ ਪਹਿਲਾਂ ਕਹਿ ਦਿੰਦੀ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੂੰਹ 'ਤੇ ਟੱਕਰਾਂ ਮਾਰੀ ਗਿਆ ਜਿਹੜੇ ਚਾਂਸ ਮੈਨੂੰ ਮੇਰੀ ਕੈਸਟ ਕਰਨਾ ਹੁੰਦਾ, ਮੈਂ ਕਹਿੰਦਾ ਸੀ ਇਹਦੀ ਕਰ ਲਓ, ਮੇਰੀ ਬਾਅਦ 'ਚ ਕਰ ਲਓ। ਮੰਨਦੇ ਹੋ ਕਿ ਉਦੋਂ ਗਲਤੀਆਂ ਹੋਗੀਆਂ? ਮੇਰੇ ਤੋਂ ਗਲਤੀ ਹੋਈ, ਅੱਜ ਪਛਤਾਵਾ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ। ਅੱਜ ਮੇਰਾ ਜਵਾਕ ਦਾ ਬਿਨਾਂ ਵਰਦੀ ਤੋਂ ਫਿਰਦਾ, ਇੱਕ ਉਹਦੇ ਕੋਲ 1 ਵਰਦੀ ਹੈ ਸਕੂਲ ਦੀ, ਸਕੂਲ ਮੇਰਾ ਬੇਟਾ ਬੱਚਾ ਪ੍ਰਾਈਵੇਟ ਸਕੂਲ 'ਚ ਪੜ੍ਹਦਾ, ਉਹ ਸਰਕਾਰੀ ਸਕੂਲ 'ਚ ਪੜ੍ਹਦਾ, ਜਸਵਿੰਦਰ ਬਰਾੜ ਦੀ ਕੁੜੀ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਹੈ। ਇਹ ਤਾਂ ਮਲਾਲ ਤਾਂ ਹੋਊਗਾ ਨਾ, ਦੁੱਖ ਤਾਂ ਹੋਊਗਾ ਜੀ। ਮੇਰੀ ਹੈਲਪ ਨਾ ਕਰਦੀ ਕਮ ਸੋ ਮੇਰੀ ਜਵਾਕ ਦੀ ਹੈਲਪ ਤਾਂ ਕਰ ਸਕਦੀ ਸੀ, ਇੰਨੇ ਪੈਸੇ ਤਾਂ ਅੱਜ ਵੀ ਕਮਾਈ ਜਾਂਦੀ ਆ ਉਹ। ਮੈਂ ਕੋਈ ਉਹ ਤੋਂ ਮੈਂ ਭੀਖ ਨਹੀਂ ਮੰਗਦਾ ਉਹ ਤੋਂ, ਨਾ ਹੀ ਮੰਗਦਾ। ਠੀਕ ਹੈ, ਪੈਸੇ ਕਮਾ ਰਹੇ ਆ ਲੋਕ, ਲਾਈਕ ਕਰਦੇ ਆ ਲੋਕ, ਸਾਫ਼ ਸੁਥਰੀ ਗਾਇਕੀ ਹੈ ਉਹਨਾਂ ਦੀ, ਲੋਕ ਪਸੰਦ ਕਰਦੇ ਆ ਕਿ ਸਾਰੀ ਜ਼ਿੰਦਗੀ ਬੜਾ ਚੰਗਾ ਗਾਇਆ ਹੈ, ਕਦੇ ਉਹ ਚੰਗੇ ਟਰੈਕ 'ਤੇ ਵਧਾ ਸੀ ਤੋਰਿਆਂ ਨੂੰ, ਉਸ ਤੋਂ ਪਹਿਲਾਂ ਮਾੜਾ ਵੀ ਗਾਇਆ ਉਹਨੇ, ਉਹ ਕੀ ਉਹਨੂੰ ਚੰਗਾ, ਸਭ ਨੂੰ ਚੰਗੇ ਰਾਹ 'ਤੇ ਤੋਰਨ ਦਾ ਕ੍ਰੈਡਿਟ ਆਹ ਦੇਣਾ ਸੀਗਾ ਸਾਨੂੰ ਵੀ ਅੱਜ ਮੇਰਾ ਜਵਾਕ ਵੀ ਬਿਨਾਂ ਜੋੜਾਂ ਤੋਂ ਨੰਗੇ ਪੈਰੀ ਤੁਰੇ, ਅਤੇ ਮੈਨੂੰ ਅੱਜ ਤੱਕ ਚੱਪਲਾਂ ਵੀ ਨਹੀਂ ਲੈ ਕੇ ਦਿੱਤੀਆਂ ਉਹਨੂੰ। ਪਰ ਤੁਸੀਂ ਦੱਸ ਰਹੇ ਸੀ ਕਿ ਹਰਦੇਵ ਮਾਹੀ ਨੰਗਲ ਵੀ ਤੁਹਾਡੇ ਚੇਲੇ ਨੇ, ਹਰਦੇਵ ਮਾਹੀ ਨੰਗਲ ਦੇ ਨਾਲ ਨਹੀਂ ਕਦੇ ਤੁਸੀਂ ਆਪਣੇ ਹਾਲਾਤਾਂ ਬਾਰੇ ਚਰਚਾ ਕੀਤੀ?
ਜ਼ਰੂਰ ਕੀਤੀ ਸੀ ਮੱਕਰ ਸਾਹਿਬ, ਮੈਂ ਹਰਦੇਵ ਮਾਹੀ ਨੰਗਲ ਨੂੰ ਫੋਨ ਕੀਤਾ ਸੀ, ਉਹ ਅੱਜ ਕੱਲ੍ਹ ਹੈਗਾ ਨਿਊਜ਼ੀਲੈਂਡ ਵਿਦ ਫੈਮਿਲੀ, ਨਿਊਜ਼ੀਲੈਂਡ ਚਲਾ ਗਿਆ ਹਰਦੇਵ ਮਾਹੀ ਨੰਗਲ, ਉਹਨੂੰ ਮੈਂ ਫੋਨ ਕੀਤਾ ਜਦੋਂ ਮੈਨੂੰ ਜਸਵਿੰਦਰ ਬਰਾੜ ਤੋਂ ਕੋਈ ਆਸ ਨਹੀਂ ਹੁੰਦੀ ਸੀ, ਫਿਰ ਮੈਂ ਹਰਦੇਵ ਮਾਹੀ ਨੰਗਲ ਨੂੰ ਫੋਨ ਕੀਤਾ, ਉਹਨੂੰ ਫੋਨ ਕਰਕੇ ਕਿਹਾ ਵੀ ਹਰਦੇਵ ਐਂ ਕਰਕੇ ਅੱਜ ਯਾਰ ਮੇਰੇ ਹਾਲਾਤ ਬਹੁਤ ਮਾੜੇ ਆ ਨਾ, ਸਿਆਣੇ ਕਹਿੰਦੇ ਵੀ ਤੁਸੀਂ ਚੋਰੀ ਨਾ ਕਰੋ, ਠੱਗੀ ਨਾ ਕਰੋ, ਕਿਸੇ ਨੂੰ ਤੁਸੀਂ ਦੁੱਖ ਦੱਸ ਦਿਓ, ਕਿਸੇ ਤੋਂ ਮੰਗ ਕੇ ਕੋਈ ਚੀਜ਼ ਲੈ ਲਓ, ਕਿਸੇ ਦੀ ਚੋਰੀ ਨਾ ਕਰੋ। ਮੈਂ ਸੋਚਿਆ ਵੀ ਚੋਰੀ ਕਿਉਂ ਆਪਾਂ ਚੋਰੀ ਕਰੀਏ, ਕਿਸੇ ਨੂੰ ਦੱਸ ਦਈਏ ਵੀ ਯਾਰ ਮੇਰੀ ਆਹ ਮਜ਼ਬੂਰੀ ਅੱਜ ਹੈ ਨਾ, ਆਹ ਹਾਲਾਤ ਹੋ ਗਏ ਅੱਜ ਗਾਇਕੀ ਲੈਣ 'ਚ ਸਾਰਿਆਂ ਦੇ ਹੀ ਹੈ, ਮੈਂ ਨਹੀਂ ਮੱਕੜ ਸਾਹਿਬ, ਬਹੁਤ ਮੇਰੇ ਵਰਗੇ ਹੋਰ ਬਹੁਤ ਉਸਤਾਦ ਆ ਜਿਹੜੇ ਸਿਖਾਉਣ ਵਾਲੇ ਆ, ਗਾਉਣ ਵਾਲੇ ਆ, ਲਿਖਣ ਵਾਲੇ ਬਹੁਤ ਆ ਜਿਹੜੇ ਇਹੋ ਜਿਹੀ ਸਥਿਤੀ 'ਚ ਅੱਜ। ਅਤੇ ਹਰਦੇਵ ਮਾਹੀ ਨੂੰ ਮੈਂ ਫੋਨ ਕੀਤਾ ਨਿਊਜ਼ੀਲੈਂਡ, ਮੈਂ ਕਿਹਾ ਹਰਦੇਵ ਯਾਰ ਐਂ ਕਰਕੇ ਵੀ ਆਹ ਮੇਰਾ ਤੂੰ ਗੇੜਾ ਗੂੜਾ ਬਾਹਰ ਲਵਾ ਦੇ ਕਿਤੇ, ਹੈ ਨਾ ਨਿਊਜ਼ੀਲੈਂਡ ਲਵਾ ਦੇ ਜਾਂ ਕਿਤੇ ਵੀ ਤੇਰੇ ਰਿਲੇਸ਼ਨ, ਤੂੰ ਤਾਂ ਹਰੇਕ ਕੰਟਰੀ 'ਚ ਗਿਆ ਨਾ, ਕਿਸੇ ਮੈਨੂੰ ਪ੍ਰਮੋਟਰ ਕੋਈ ਜਾਣਦਾ ਨਹੀਂ, ਤੈਨੂੰ ਇੰਨੇ ਪ੍ਰਮੋਟਰ ਜਾਂਦੇ, ਤੂੰ ਜ਼ੁਬਾਨ ਹਿਲਾ ਕੇ ਮੇਰੀ ਹੈਲਪ ਕਰਦੇ, ਮੈਂ ਤੇਰੇ ਤੋਂ ਪੈਸੇ ਨਹੀਂ ਮੰਗਦਾ, ਮੈਂ ਤੇਰੇ ਤੋਂ ਕੋਈ ਹੋਰ ਚੀਜ਼ ਨਹੀਂ ਮੰਗਦਾ, ਮੈਂ ਨਹੀਂ ਕਹਿੰਦਾ ਤੂੰ ਮੇਰੇ ਅਕਾਊਂਟ 'ਚ ਲੱਖ ਰੁਪਏ ਪਾ ਦੇ, 2 ਲੱਖ ਪਾ ਦੇ, ਮੈਂ ਤੇਰੇ 'ਤੇ ਬੋਝ ਨਹੀਂ ਬਣਦਾ, ਤੂੰ ਕਿਸੇ ਜਵਾਨ ਹਿਲਾ ਕੇ ਕਿਸੇ ਪ੍ਰਮੋਟਰ ਨੂੰ ਕਹਿ ਦਿਓ ਵੀ ਯਾਰ ਗੁਰਤੇਜ ਕਾਬਲ ਸਾਡਾ ਇੱਕ ਉਸਤਾਦ ਹੈ ਭਾਈ, ਉਹਦਾ ਇੱਕ ਗੇੜਾ ਬਾਹਰ ਲਵਾ ਦਿਓ, ਜਿੰਨੇ ਕੁ ਕੋਈ ਪ੍ਰਮੋਟਰ ਮੈਨੂੰ ਦਿੰਦਾ 10,000 ਦਿੰਦਾ, 11,000 ਦਿੰਦਾ, 20, ਜਿੰਨੇ ਵੀ ਦਿੰਦਾ ਕੋਈ, ਮੇਰੀ ਮਾਂ ਦੀ ਗੁੜੀਆ ਦੀ ਗੱਲ ਕਮ ਸੇ ਕਮ ਪਾਲਣ ਪੋਸ਼ਣ ਤਾਂ ਕਰ ਸਕਦਾ ਹੈ ਮੱਕੜ ਸਾਹਿਬ, ਮੈਂ ਤਾਂ ਚਲੋ ਵੀ ਮੈਨੂੰ ਕੰਮ ਹੀ ਦਵਾ ਦੇਣਾ, ਉਹ ਗਾਉਣ ਦਾ ਕੰਮ ਦਵਾ ਦੇਣਾ, ਗਾਉਣ ਹੁਣ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਜਗਰਾਤੇ ਜਾਂ ਫਿਰ ਕੰਮ ਨਹੀਂ ਮਿਲ ਰਿਹਾ ਬਿਲਕੁਲ ਮੱਕੜ ਸਾਹਿਬ, ਕੰਮ ਨਹੀਂ, ਕਿਤੇ ਇਹ ਤਾਂ ਨਹੀਂ ਹੋਇਆ ਕਬਲ ਸਾਹਿਬ ਕਿ ਸਮੇਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਦਲਿਆ ਨਹੀਂ, ਜਿਵੇਂ ਜਿਵੇਂ ਮਿਊਜ਼ਿਕ ਇੰਡਸਟਰੀ ਦਾ ਦੌਰ ਬਦਲਿਆ, 90 ਦੇ ਦਹਾਕੇ ਵਾਲੇ ਉਹ ਸਿੰਗਰ ਧਰਮਪ੍ਰੀਤ ਨਾਲ ਕੀ ਹੋਇਆ ਸਾਰੀ ਦੁਨੀਆ ਨੂੰ ਪਤਾ ਲੱਗਿਆ, ਹੈ ਨਾ, ਹੋਰ ਬਹੁਤ ਸਾਰੇ ਸਿੰਗਰ ਸੀ ਜਿਨ੍ਹਾਂ ਦਾ ਨਾਂ ਸੀਗਾ 90 ਦੇ ਦਹਾਕੇ 2000 ਦੇ ਸ਼ੁਰੂਆਤ 'ਚ, ਔਰ ਇੱਕਦਮ ਉਹ ਸਾਰੇ ਜਿਵੇਂ ਦੀਵੇ ਥੱਲੇ ਹਨੇਰਾ ਹੋ ਜਾਂਦਾ, ਸਾਰੇ ਗੁੰਮਨਾਮ ਹੋ ਗਏ, ਇਹਦਾ ਕੀ ਕਾਰਨ ਹੋਇਆ, ਕਿਤੇ ਤੁਸੀਂ ਆਪਣੇ ਆਪ ਨੂੰ ਹੋ ਸਕਦਾ ਬਦਲਿਆ ਨਹੀਂ? ਨਹੀਂ, ਬਦਲ ਦੀ ਗੱਲ ਨਹੀਂ ਮੱਕੜ ਸਾਹਿਬ, ਮੈਂ ਅਸਲ 'ਚ ਮੈਂ ਜਿਹੜਾ ਆਪਦਾ ਵੱਡਾ ਰੀਜ਼ਨ ਮੰਨਦਾ ਪਿੱਛੇ ਰਹਿਣ ਦਾ, ਵੀ ਮੈਥੋਂ ਜਿਹੜੀਆਂ ਗਲਤੀਆਂ ਹੋਈਆਂ, ਮੈਥੋਂ ਇਹ ਗਲਤੀਆਂ ਹੋਈਆਂ, ਮੈਂ ਦੂਜੇ ਸਿੰਗਰਾਂ 'ਤੇ ਵਿਸ਼ਵਾਸ ਕੀਤਾ, ਫੇਤ ਕੀਤਾ, ਉਹਨਾਂ 'ਤੇ ਯਕੀਨ ਕੀਤਾ, ਮੈਂ ਇੱਕ ਸੱਚਾ ਸੁੱਚਾ ਮਾਤਾ ਨੂੰ ਮੰਨਣ ਵਾਲਾ ਇਨਸਾਨ ਸੀ, ਰੱਬ ਨੂੰ ਮੰਨਣ ਵਾਲਾ, ਜਿਵੇਂ ਇਹ ਵਾਅਦੇ ਕਰੇਗੀ ਜਸਵਿੰਦਰ ਬਰਾੜ ਹੋ ਗਈ, ਇੱਕ ਆਹ ਮੇਰੀ ਕੁੜੀ ਹੈ ਕਿਰਨਦੀਪ ਭੁੱਲਾ, ਅੱਜ ਕੱਲ੍ਹ ਕੈਨੇਡਾ 'ਚ ਰਹਿ ਰਹੀ ਹੈ, ਉੱਥੇ ਕੈਨੇਡਾ ਵੀ ਮੇਰੀ ਹੈਲਪ ਨਾਲ ਹੀ ਗਈ ਆ, ਉਹ ਤੁਹਾਡੇ ਤੋਂ ਸਿੱਖ ਕੇ? ਬਿਲਕੁਲ, ਮੈਥੋਂ ਸਿੱਖ ਕੇ 10 ਸਾਲ ਉਹਨੇ ਇੱਥੇ ਲਾਇਆ ਮੇਰੇ ਕੋਲ। ਉਹ ਭੇਜ ਰਹੀ ਹੈ ਡਾਲਰ ਕਿ ਨਹੀਂ? ਉਹਨੇ ਕਿਹਾ ਉਸਤਾਦ ਜੀ ਮੈਂ ਤੁਹਾਨੂੰ ਪਾ ਦੂੰਗੀ, ਮੇਰੇ 'ਤੇ ਕੋਈ ਬਹੁਤ ਵੱਡੀ ਮੁਸੀਬਤ ਪੈ ਗਈ ਪਿਛਲੇ 2 ਸਾਲ ਪਹਿਲਾਂ, ਮੈਂ ਉਹਨੂੰ ਫੋਨ ਕੀਤਾ ਕੈਨੇਡਾ 'ਚ, ਮੈਂ ਕਿਹਾ ਵੀ ਉਹਦਾ ਨਾਂ ਨਿਕਨੇਮ ਦੀਪੂ ਆ, ਮੈਂ ਕਿਹਾ ਦੀਪੂ ਆਹ ਗੱਲ ਹੋ ਗਈ ਹੈ ਨਾ, ਮੇਰੇ 'ਤੇ ਬਹੁਤ ਵੱਡੀ ਮੁਸੀਬਤ ਹੋਈ ਹੈ, ਕਹਿੰਦੀ ਕੋਈ ਗੱਲ ਨਹੀਂ ਉਸਤਾਦ ਜੀ, ਤੁਸੀਂ ਘਬਰਾਏ ਹੋ ਨਾ, ਤੁਸੀਂ ਕੋਈ ਟੈਨਸ਼ਨ ਨਾ ਲਿਓ, ਕਹਿੰਦੀ ਵੀ ਮੈਂ ਤੁਹਾਨੂੰ ਪੈਸੇ ਪਾ ਦੂੰਗੀ, ਕਿਸੇ ਮੁੰਡੇ ਨੂੰ ਮੈਂ ਫੜਾਇਆ ਅਮੈਰੀਕਾ ਗੇੜਾ ਲਾਉਣ ਗਿਆ ਟਰੱਕ ਵਾਲਾ, ਵੀ ਮੈਂ ਹਜੇ ਪੱਕੀ ਨਹੀਂ ਮੈਂ ਪਾ ਨਹੀਂ ਸਕਦੀ, ਕੋਈ ਟੈਕਟਿਕਸ ਪੈਂਦਾ ਉੱਥੇ ਕੈਨੇਡਾ 'ਚ, ਅਤੇ ਮੈਂ ਕਿਹਾ ਚਲੋ ਠੀਕ ਹੈ, ਕਹਿੰਦੀ ਮੈਂ ਤੁਹਾਨੂੰ $1,000 ਪਾ ਦੂੰਗੀ ਕੈਨੇਡਾ ਦਾ, ਤੁਹਾਡੇ 60-70,000 ਰੁਪਏ ਬਣ ਜਾਣਗੇ ਇੱਥੇ, ਵੀ ਤੁਸੀਂ ਇੱਕ ਵਾਰੀ ਉਹਦਾ ਕਰਜ਼ਾ ਕੁਰਜ਼ਾ ਲਾ ਕੇ ਇੱਥੇ ਠੀਕ ਹੋ ਜਾਓ, ਮੈਂ ਕਿਹਾ ਵੀ ਚਲੋ ਧੰਨਵਾਦ ਆ, ਬਹੁਤ ਵਧੀਆ ਹੈ ਨਾ। ਅਤੇ ਮੱਕੜ ਸਾਹਿਬ ਤੁਸੀਂ ਯਕੀਨ ਮੰਨਿਓ ਵੀ ਉਹ ਫਿਰ ਵੈਸਟਰਨ ਯੂਨੀਅਨ ਤੋਂ ਆਏ ਉਹ ਪੈਸੇ ਤੁਹਾਡੇ? ਪੈਸੇ ਨਹੀਂ ਆਏ ਮੱਕੜ ਸਾਹਿਬ, ਉਹਨੇ ਫੋਨ ਬੰਦ ਕਰ ਲਿਆ ਉਦੋਂ ਬਾਅਦ। ਅੱਛਾ, ਇਹ ਕਿਰਨਦੀਪ ਭੁੱਲਰ ਜਿਹੜੇ ਵੀ ਉਹਨੂੰ ਕੈਨੇਡਾ 'ਚ ਜਿਹੜੀ ਕਿਉਂਕਿ ਇੰਟਰਵਿਊ ਕੈਨੇਡਾ 'ਚ ਵੀ ਮੈਨੂੰ ਪਤਾ ਲੋਕ ਦੇਖਣਗੇ, ਅਮੈਰੀਕਾ 'ਚ ਵੀ ਦੇਖਣਗੇ, ਉਹ ਅਮੈਰੀਕਾ ਵੀ ਜਾ ਕੇ ਆਈ ਹੈ, ਕੈਨੇਡਾ ਵੀ ਜਾ ਕੇ ਆਈ ਹੈ, ਹੋਰ ਕੰਟਰੀ 'ਚ ਵੀ ਜਾ ਕੇ ਆਈ ਹੈ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਇਹਦਾ ਨਾਂ ਕਿਰਨਦੀਪ ਭੁੱਲਰ ਹੈ, ਮੇਰੀ ਸਟੂਡੈਂਟ ਹੈ, ਚੇਲੀ ਹੈ ਮੇਰੀ, ਮੈਂ ਉਹਦਾ ਉਸਤਾਦ ਹੈ, ਰਹੂੰਗਾ। ਪਰ ਦੁੱਖ ਦੀ ਗੱਲ ਇਹ ਵੀ ਉਹਨੇ ਵੀ ਫੋਨ ਬੰਦ ਕਰ ਲਿਆ, ਹਰਦੇਵ ਮਾਹੀ ਨੰਗਲ ਨੇ ਵੀ ਮੇਰਾ ਫੋਨ ਬੰਦ ਕਰ ਲਿਆ, ਚੱਕਿਆ ਨਹੀਂ। ਉਸ ਤੋਂ ਬਾਅਦ 5-6 ਵਾਰੀ ਹਰਦੇਵ ਮਾਹੀ ਨੰਗਲ ਨੂੰ ਫੋਨ ਕੀਤਾ ਵੀ ਕੀ ਬਣਿਆ, ਦੱਸੋ ਮੈਨੂੰ ਵੀ ਕੋਈ ਗੇੜਾ ਗੂੜਾ ਲਵਾਉਂਦੇ ਆ ਜਾਂ ਕੀ, ਹੈ ਨਾ, ਹੈਲਪ ਕਰਦੇ ਹੋ। ਉਹਨੇ ਵੀ ਬਾਅਦ 'ਚ ਮੇਰਾ ਫੋਨ ਹੀ ਨਹੀਂ ਚੱਕਿਆ, ਹਰਦੇਵ ਮਾਹੀ ਨੰਗਲ ਨੇ। ਇਹ ਕਿਰਨਦੀਪ ਭੁੱਲਰ ਹੈ, ਇਹਨੇ ਵੀ ਬਾਅਦ 'ਚ ਫੋਨ ਹੀ ਬੰਦ ਕਰ ਲਿਆ ਮੱਕੜ ਸਾਹਿਬ। ਰੈਸਟ ਤੁਸੀਂ ਤੁਸੀਂ ਉਸ ਦੌਰ 'ਚ ਇਹਨਾਂ ਸਾਰਿਆਂ ਨੂੰ ਕਿਹੜੇ ਹਾਲਾਤਾਂ 'ਚ ਦੇਖਦੇ ਆਏ ਹੋ? ਮੈਂ ਚਾਹੁੰਦਾ ਕਿ ਦਰਸ਼ਕ ਇਹ ਵੀ ਜਾਣਨ, ਧਰਮਪ੍ਰੀਤ, ਬਲਕਾਰ ਸਿੱਧੂ ਬਠਿੰਡੇ ਦੇ ਨੇ, ਕਿਹੜੇ ਕਿਹੜੇ ਹਾਲਾਤਾਂ 'ਚ ਦੇਖਿਆ? ਮੈਂ ਮੱਕੜ ਸਾਹਿਬ ਇਹਨਾਂ ਨੂੰ ਜਮ੍ਹਾਂ ਸ਼ੁਰੂ ਤੋਂ ਦੇਖਿਆ, ਜਦੋਂ ਇਹਨਾਂ ਦੇ ਜਿਹੜੇ ਨਾਂ ਆ, ਕਿਸੇ ਦਾ ਕੋਈ ਨਾਂ ਸੀ, ਕਿਸੇ ਦਾ ਕੋਈ ਨਾਂ ਸੀ,
ਇਹ ਨਾਂ ਵੀ ਬਦਲ ਗਿਆ ਹੈ, ਡੁਪਲੀਕੇਟ ਨਾਵਾਂ ਨਾਲ ਵੀ ਹਿੱਟ ਹੋਇਆ। ਹੁਣ ਧਰਮਪ੍ਰੀਤ ਦੀ ਤੁਸੀਂ ਗੱਲ ਛਿੜ ਲਈ, ਧਰਮਪ੍ਰੀਤ ਦਾ ਨਾਂ ਸੀਗਾ ਭੁਪਿੰਦਰ ਸਿੰਘ, ਅਸਲੀ ਉਹਦਾ ਨਾਂ ਭੁਪਿੰਦਰ ਸਿੰਘ ਹੈ, ਧਰਮਪ੍ਰੀਤ ਉਹਦਾ ਨਕਲੀ ਨਾਂ। ਅੱਛਾ, ਜਿਹੜਾ ਉਹਦਾ ਸਕੂਲ 'ਚ ਸਰਟੀਫਿਕੇਟ ਦੇ ਨਾਂ ਹੈ, ਉਹਦੀ ਮੰਮੀ ਡੈਡੀ ਦਾ ਨਾਂ, ਉਹਦਾ ਨਾਂ ਹੈਗਾ ਭੁਪਿੰਦਰ ਸਿੰਘ ਧਰਮਪ੍ਰੀਤ ਦਾ। ਚਲੋ ਅੱਜ ਤਾਂ ਵਿਚਾਰਾ ਦੁਨੀਆਂ 'ਚ ਹੈ ਨਹੀਂ, ਮੇਰੀ ਬਹੁਤ ਰਿਸਪੈਕਟ ਕਰਦਾ ਸੀ, ਪਰਮਾਤਮਾ ਨੂੰ ਉਹਦੇ ਚਰਨਾਂ 'ਚ ਨਿਵਾਸ ਦੇਵੇ, ਹੈ ਨਾ। ਅਤੇ ਇਹਨਾਂ ਦਾ ਸਾਰਿਆਂ ਦਾ ਜਾਣਦਾ ਮੈਂ, ਜਿੰਨੇ ਵੀ ਸਿੰਗਰ ਹਿੱਟ ਹੋਏ ਬਠਿੰਡੇ ਤੋਂ, ਇਹੋ ਜਿਹਾ ਕੋਈ ਸਿੰਗਰ ਨਹੀਂ ਜਿਹੜਾ ਆਹ ਜਗ੍ਹਾ 'ਤੇ ਨਾਂ ਆ ਕੇ ਗਿਆ ਹੋਵੇ। ਇੱਕ ਸਾਨੂੰ ਦੱਸੋ, ਅਸੀਂ ਸੁਣਿਆ ਕਿਸੇ ਤੋਂ ਇਹ ਗੱਲ, ਸੱਚ ਹੈ ਜਾਂ ਝੂਠ ਹੈ, ਕਿ ਇੱਕ ਵਾਰੀ ਜਸਵਿੰਦਰ ਬਰਾੜ ਦੀ ਵੀ ਇੱਕ ਬੜੇ ਗਰਮ ਗੀਤਾਂ ਦੀ ਟੇਪ ਆਈ ਸੀ, ਔਰ ਉਹਨਾਂ ਨੇ ਫੋਟੋ ਤਾਂ ਆਪਣੀ ਲਾਈ ਪਰ ਨਾਮ ਕੋਈ ਹੋਰ ਲਿਖ ਕੇ ਉਹ ਟੇਪ ਕੱਢੀ, ਕਿ ਪਤਾ ਨਾ ਲੱਗੇ ਕਿ ਜਸਵਿੰਦਰ ਬਰਾੜ ਹੈ, ਸੱਚ ਹੈ। ਹਾਂ ਮੱਕੜ ਸਾਹਿਬ, ਬਿਲਕੁਲ ਸੱਚ ਹੈ। ਇਹ ਤੁਹਾਡੀ ਜਿਹੜੀ ਥਿਊਰੀ ਹੈ, ਕਮਾਲ ਹੈ, ਤੁਸੀਂ ਖੋਜ ਇੰਨੀ ਵੱਡੀ ਕੀਤੀ ਹੈ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਦਰਸ਼ਕ ਇਹ ਵੀ ਬਿਲਕੁਲ ਸੱਚ ਹੈ ਜੋ ਮੱਕੜ ਸਾਹਿਬ ਨੇ ਸਵਾਲ ਕੀਤਾ, ਜਸਵਿੰਦਰ ਬਰਾੜ ਆਪਦਾ ਨਾਮ ਬਦਲ ਕੇ ਕਿਸੇ ਨਕਲੀ ਨਾਂ 'ਤੇ ਵੀ ਗਾਉਂਦੀ ਰਹੀ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਸਿੰਗਰ ਇਹਨੇ ਨਕਲੀ ਨਾਂ 'ਤੇ ਹਿੱਟ ਹੋਏ, ਹੈ ਨਾ। ਜਸਵਿੰਦਰ ਬਰਾੜ ਦੀ ਕੈਸੇਟ ਦੋਸਤੋ ਆਈ ਸੀ, ਡਿਊਟ ਕੈਸੇਟ, ਅਤੇ ਉਹਦੇ 'ਚ ਉਹਨੇ ਨਾਮ, ਉਹਦਾ ਨਾਮ ਸੀਗਾ ਮਨਜਿੰਦਰ ਕੌਰ ਮੱਕੜ ਸਾਹਿਬ। ਉਹ ਕੈਸੇਟ 'ਤੇ ਜਸਵਿੰਦਰ ਬਰਾੜ ਦੀ ਫੋਟੋ ਲੱਗੀ ਆ, ਜਸਵਿੰਦਰ ਬਰਾੜ ਦੀ ਆਵਾਜ਼ ਉਹਦੇ 'ਚ, ਔਰ ਉਹਨੇ ਲੱਚਰ ਗਾਣੇ ਗਾਏ ਜਿਹਨੂੰ ਗਰਮ ਗਾਣੇ ਕਹਿੰਦੇ ਹਾਂ, ਔਰ ਕੈਸੇਟ ਮੇਰੇ ਕੋਲ ਪਈ ਆ। ਕੋਈ ਬੰਦਾ ਜੇ ਝੂਠ ਮੰਨਦਾ ਇਸ ਗੱਲ ਨੂੰ ਮੱਕੜ ਸਾਹਿਬ, ਇਹ ਵੀ ਮੇਰੇ ਕੋਲ ਸਾਰੇ ਸਬੂਤ ਹੈ। ਕੋਈ ਜੇ ਬੰਦਾ ਕਹੇ ਵੀ ਹਾਂ ਪਤਾ ਨਹੀਂ ਗੁਰਤੇਜ ਕਾਲ ਝੂਠ ਬੋਲਦਾ ਜਾਂ ਜਸਵਿੰਦਰ ਬਰਾੜ ਨੂੰ। ਅੱਛਾ, ਤੁਹਾਡੇ ਕੋਲ ਹੈਗੀ ਆ ਉਹ ਕੈਸੇਟ? ਬਿਲਕੁਲ ਜੀ, ਮੈਂ ਤੁਹਾਨੂੰ ਦਿਖਾਉਣਾ, ਕੈਸਟਾਂ ਬਹੁਤ ਜ਼ਿਆਦਾ ਜਿਨ੍ਹਾਂ 'ਚ ਮੈਂ ਕੰਮ ਕੀਤਾ, ਇਹਨਾਂ ਸਾਰੀਆਂ ਦੇ ਵਿੱਚ ਹੀ ਪਿੱਛੇ ਮੇਰੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਗਰਮ ਗੀਤ ਗਾਏ ਜਸਵਿੰਦਰ ਬਰਾੜ ਨੇ, ਔਰ ਉਹ ਆਪਣੀ ਫੋਟੋ ਤਾਂ ਲਾਈ ਪਰ ਨਾਮ ਕੁਛ ਹੋਰ ਲਾਇਆ, ਉਹ ਕੈਸਟ ਵੀ ਹੈਗੀ ਹੈ ਤੁਹਾਡੇ ਕੋਲ? ਹਾਂ ਉਹ ਵੀ ਕੈਸੜਾ, ਉਹ ਵੀ ਹੈਗੀ ਹੈ ਮੱਕੜ ਸਾਹਿਬ, ਉਹ ਕੈਸਟ ਵੀ ਹੈਗੀ ਹੈ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਉਹ ਗਰਮ ਗਾਣੇ ਸੀਗੇ, ਬਹੁਤ ਹੀ ਲੱਚਰ ਗਾਣੇ ਸੀ। ਹੁਣ ਜੇ ਮੈਂ ਵੀ ਉਸ ਗਾਣੇ ਦਾ ਨਾਂ ਲੈਣਾ ਤਾਂ ਬੜੀ ਮਤਲਬ ਸ਼ਰਮ ਜਿਹੀ ਆਉਂਦੀ ਹੈ ਨਾ। ਉਹ 'ਚ ਇੱਕ ਗਾਣਾ ਸੀਗਾ ਮੱਕੜ ਸਾਹਿਬ, ਮੈਂ ਦਰਸ਼ਕਾਂ ਦੀ ਜਾਣਕਾਰੀ ਬਸ ਦੱਸ ਰਿਹਾ ਕਿ ਦਰਸ਼ਕ ਇਹ ਨਾ ਸੋਚਣ ਵੀ ਗੁਰਤੇਜ ਕਾਬਲ ਪਤਾ ਨਹੀਂ ਝੂਠ ਬੋਲਦਾ। ਉਸ ਕੈਸਟ ਦਾ ਮੱਕੜ ਸਾਹਿਬ ਗਾਣਾ ਸੀ ਢਿੱਡ ਘੱਸ ਗਿਆ ਲੋਕੜੀ ਵਰਗਾ ਵੀ ਰੋੜਾਂ ਵਾਲੀ ਕੰਧ ਮਿੱਤਰਾ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਜੇ ਕੋਈ ਕੰਧ 'ਤੇ ਚੜੂਗਾ ਤਾਂ ਕਿਉਂ ਚੜੂਗਾ, ਜੇ ਕੰਧ ਦੇ ਪਰਲੇ ਪਾਸੇ ਜਾਊਗਾ ਤਾਂ ਕਿਉਂ ਜਾਊਗਾ। ਅਤੇ ਉਹ ਸਟੇਜ 'ਤੇ ਭਾਸ਼ਣ ਬਹੁਤ ਵੱਡੇ ਵੱਡੇ ਦਿੰਦੀ ਆ ਅੱਜ ਕੱਲ੍ਹ, ਉਹ ਜਿਵੇਂ ਬਹੁਤ ਵੱਡੀ ਵਿਦਵਾਨ ਹੁੰਦੀ ਆ, ਵੀ ਕੁੜੀਆਂ ਦੇ ਵਿਆਹ ਕਰਨੇ ਚਾਹੀਦੇ ਜੀ, ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ ਹੈ, ਆਪਦੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ। ਇਹੀ ਜੀ ਉਹਦੀ ਲਾਈਫ ਹੈ। ਉਹ ਕੈਸਟ ਮੇਰੇ ਕੋਲ ਕਾਹ ਪਈ ਹੈ, ਕਾਹਲੋ ਮੱਕੜ ਸਾਹਿਬ, ਇਹ ਕੈਸਟ ਆ ਉਹ, ਅਤੇ ਕੋਈ ਵੀ ਦਰਸ਼ਕ ਜੇ ਦੇਖਣਾ ਚਾਹੁੰਦਾ ਦੋਸਤੋ, ਆ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਬਰਾੜ ਦੀ ਫੋਟੋ ਹੈ। ਇੱਕ ਮਿੰਟ ਮੈਂ ਸਾਡੇ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਥੋੜ੍ਹਾ ਕਲੋਜ਼ ਕਰਕੇ ਦੇਣਾ, ਮੱਕੜ ਸਾਹਿਬ ਪੜ੍ਹ ਲਓ ਤੁਸੀਂ, ਛੱਡ ਦਿਓ, ਇਹ ਫੋਟੋ ਵੀ ਦਿਖਾ ਦਿਓ ਪਬਲਿਕ ਨੂੰ। ਲਾਲਾ ਇੱਕ ਨਾਲ ਜੀਜਾ ਇਹ ਨਾਮ ਹੈ, ਇਹਦਾ ਟਾਈਟਲ ਉੱਪਰ ਲਿਖਿਆ ਹੋਇਆ। ਇਹ ਮੁੰਡਾ ਜੋਗਿੰਦਰ ਮਸਤੀ ਦਾ ਨਾਂ ਹੈ, ਜੈਤੋ ਕੋਲ ਇਹਦਾ ਪਿੰਡ ਆ ਰਾਮਿਆਣਾ। ਇਹ ਉੱਥੋਂ ਦਾ ਮੁੰਡਾ। ਇਹ ਫੋਟੋ ਜਸਵਿੰਦਰ ਬਰਾੜ ਦੀ ਹੈ? ਆ ਇਹ ਫੋਟੋ ਜਸਵਿੰਦਰ ਬਰਾੜ, ਨਾਮ ਉੱਪਰ ਮਨਜਿੰਦਰ ਕੌਰ ਲਿਖਿਆ, ਮਨਜਿੰਦਰ ਕੌਰ ਜਾਣ ਕੇ ਲਿਖਿਆ ਵੀ ਜਸਵਿੰਦਰ ਬਰਾੜ ਦਾ ਨਾਂ ਨਾ ਸਾਹਮਣੇ ਆ ਜੇ, ਚਲਾਕੀ ਜਿਹਨੂੰ ਕਹਿੰਦੇ। ਔਰ ਇਹ ਗਾਏ, ਇਹ ਆਈ ਕਦੋਂ ਸੀ? ਉਦੋਂ ਜਸਵਿੰਦਰ ਬਰਾੜ ਪੂਰੇ ਜੋਬਨ ਤੇ ਸੀ, ਉਦੋਂ ਪੂਰਾ ਨਾਂ ਸੀਗਾ ਜਸਵਿੰਦਰ ਬਰਾੜ? ਉਦੋਂ ਮੇਰੇ ਕੋਲ ਸਿੱਖਦੀ ਸੀ ਜਦੋਂ ਇਹ ਕੈਸਟ ਆਈ ਆ, ਉਦੋਂ ਸਿੱਖਦੀ ਸੀ ਤੁਹਾਡੇ ਕੋਲ? ਇੱਥੇ ਪ੍ਰੈਕਟਿਸ ਕਰਦੀ ਸੀ ਆਪਦੇ ਪੈਰਾਂ ਤੇ ਖੜੀ ਹੋਣ ਵਾਸਤੇ, ਉਹ ਆਪਦਾ ਮੈਟਰ ਵਗੈਰਾ ਉਹਦੇ ਗਾਣੇ ਸੀ। ਇਹ ਸਾਰੇ ਤੁਹਾਡੇ ਇੱਥੇ ਤਿਆਰ ਹੋਏ? ਇੱਥੇ ਤਿਆਰ ਹੋਏ ਸਾਰੇ ਮੁੰਡੇ, ਇੱਥੇ ਰੈਸਲ ਕਰਦੇ ਸੀ। ਇਹ ਮੇਰੇ ਕੋਲ ਕੈਸਟ ਆਉਣ ਦਾ ਰੀਜ਼ਨ ਇਹੀ ਹੈ ਕਿਉਂਕਿ ਮੈਂ ਇਹ 'ਚ ਕੰਮ ਕੀਤਾ, ਇਹ ਗਾਣੇ ਦੀਆਂ ਟਿਊਨਾਂ ਮੈਂ ਬਣਾਈਆਂ ਇਸ ਕੈਸਟ 'ਚ, ਇਹ ਤਾਂ ਮੈਂ ਕੈਸਟ ਆਪਦੇ ਰਿਕਾਰਡ 'ਚ ਰੱਖੀ ਹੈ। ਤੁਹਾਨੂੰ ਘੇਰਿਆ ਨਹੀਂ ਉਦੋਂ ਦੇ ਪੱਤਰਕਾਰਾਂ ਨੇ ਕਿ ਕਾਬਲ ਸਾਹਿਬ ਇਹੋ ਜਿਹੇ ਗੀਤ ਤੁਸੀਂ ਪ੍ਰਮੋਟ ਕਰਦੇ ਹੋ? ਅੱਜ ਕੱਲ੍ਹ ਤਾਂ ਤੁਸੀਂ ਇਹੋ ਜਿਹਾ ਗਾ ਕੇ ਜਾਂ ਇਹੋ ਜਿਹਾ ਲਿਖ ਕੇ ਦਿਖਾ ਦਿਓ, ਅਸੀਂ ਹੁਣੇ ਤੁਹਾਨੂੰ ਸਵਾਲ ਕਰ ਲੈਣੇ। ਮੈਂ ਤਾਂ ਮੱਕੜ ਸਾਹਿਬ ਹੈਰਾਨ ਹਾਂ ਵੀ ਤੁਸੀਂ ਇਹ ਖੋਜ ਕਿੱਥੋਂ ਕਰ ਲਈ। ਹਾਂ, ਸੋ ਇਹ ਮੱਕੜ ਸਾਹਿਬ ਇਹ ਲਾ ਲਓ ਵੀ ਉਦੋਂ ਉਮਰ ਛੋਟੀ ਸੀ, ਉਦੋਂ ਦੀਆਂ ਗਲਤੀਆਂ ਲਾ ਲਓ,
ਇਹੀ ਕਹਿ ਸਕਦੇ ਵੀ ਉਦੋਂ ਸਾਨੂੰ ਇੰਨੀਆਂ ਮਤਲਬ ਏਜ ਘੱਟ ਸੀਗੀ, ਪਰ ਇਹ ਵਿਕਦੀਆਂ ਸੀ, ਇਹ ਕੈਸਟਾਂ ਉਦੋਂ ਵਿਕਦੀਆਂ ਸੀ, ਲੋਕ ਕਰਦੇ ਸੀ ਔਰ ਇਹ ਕੈਸਟਾਂ ਨੂੰ ਪੈਸੇ ਵੀ ਦਿੰਦੇ ਸੀ ਲੋਕ ਉਦੋਂ ਆਇਆ ਸੀ ਨਾ, ਉਦੋਂ ਸਟਰਗਲਰ ਸੀ ਮੱਕੜ ਸਾਹਿਬ, ਅਸੀਂ ਦੋਨੇ ਜਸਵਿੰਦਰ ਬਰਾੜ ਵੀ ਸਟਰਗਲਰ ਸੀ, ਮੈਂ ਵੀ ਸਟਰਗਲਰ ਸੀਗਾ, ਉਦੋਂ ਜਿੰਨੇ ਕੁ ਪੈਸੇ ਮੁੰਡੇ ਨੇ ਦਿੱਤੇ ਜਸਵਿੰਦਰ ਬਰਾੜ ਨੂੰ, ਕਹਿੰਦੇ ਉਸਤਾਦ ਜੀ ਕੁਛ ਤੁਸੀਂ ਲੈ ਲਓ, ਕੁਛ ਮੈਂ ਲੈ ਲੂੰਗੀ, ਮੇਰੇ ਘਰ ਦਾ ਆਟਾ ਬੁੱਟਾ ਆਜੂ, ਕੁਛ ਤੁਹਾਡੇ ਘਰੇ ਆਟਾ ਉੱਟੋ ਆਜੂਗਾ, ਤੇ ਆਪਾਂ ਇਹ ਡਿਊਟ ਕੈਸਟ ਕਰਦੇ। ਮੈਂ ਕਿਹਾ ਠੀਕ ਹੈ ਤੇਰੀ ਮਰਜ਼ੀ, ਇਹ ਕਰ ਲਾ। ਹੁਣ ਆਖਰ ਦੇ ਵਿੱਚ ਆਖਰੀ ਸਵਾਲ ਹੈ ਮੇਰਾ ਕਿ ਜੇ ਲੋਕ ਤੁਹਾਨੂੰ ਬਹੁਤ ਸਾਰੇ ਸੁਣ ਰਹੇ ਹੋਣੇ ਆ, ਜਸਵਿੰਦਰ ਬਰਾੜ ਜੇ ਸੁਣ ਰਹੇ ਆ, ਜਾਂ ਹਰਦੇਵ ਮਾਹੀ ਨੰਗਲ, ਪ੍ਰੀਤ ਬਰਾੜ ਜੇ ਸੁਣਦਾ ਹੈ, ਜਾਂ ਜਿਹੜੇ ਕਿਰਨਦੀਪ ਦੀਪੂ ਜੇ ਤੁਹਾਨੂੰ ਸੁਣਦੀ ਹੈ, ਤਾਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਇਹਨਾਂ ਸਾਰੇ ਚੇਲਿਆਂ ਨੂੰ, ਜਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਸੁਣ ਰਹੇ ਆ? ਮੈਂ ਤਾਂ ਮੱਕੜ ਸਾਹਿਬ ਇਹਨਾਂ ਨੂੰ ਤਾਂ ਕਹਿ ਕੇ ਕਿ ਥੱਕ ਗਿਆ, ਅੱਕ ਗਿਆ। ਮੈਂ ਤੁਹਾਨੂੰ ਦੱਸਿਆ ਵੀ ਅੱਜ ਵੀ ਕੋਈ ਬੰਦਾ ਪਰੂਫ ਦੇਖਣਾ ਚਾਹੁੰਦਾ, ਮੇਰੀ ਦੁਕਾਨ ਦੇ ਸ਼ੈਟਰ ਹੈ ਨਹੀਂ, ਮੇਰੇ ਬਿੱਲ ਮੇਰੀ ਜੇਬ 'ਚ ਹੈ, ਮੇਰੀ ਕੁੜੀ ਇੱਕ ਵਰਦੀ 'ਚ ਸਕੂਲ ਜਾਂਦੀ ਹੈ, ਉਹਦੇ ਕੋਲ ਦੂਜੀ ਵਰਦੀ ਨਹੀਂ ਵੀ ਇੱਕ ਧੋਤੀ ਪਈ ਹੋਵੇ ਤੋਂ ਪਾ ਕੇ ਜਾ ਵੜੇ, ਸਰਕਾਰੀ ਸਕੂਲ 'ਚ ਮੇਰੀ ਕੁੜੀ ਅੱਜ ਪੜ੍ਹਦੀ ਆ। ਇਹਨਾਂ ਨੂੰ ਤਾਂ ਕਹਿ ਕੇ ਥੱਕ ਗਿਆ ਮੱਕੜ ਸਾਹਿਬ, ਮੈਂ ਕਹਿ ਕੇ ਕਿ ਹਾਰ ਗਿਆ ਇਹਨਾਂ ਨੂੰ ਨਹੀਂ। ਮੈਂ ਤਾਂ ਲੋਕ ਦਰਸ਼ਕਾਂ ਨੂੰ ਕਹਿੰਦਾ ਵੀ ਦਰਸ਼ਕ ਸਾਡੀ ਹੈਲਪ ਕਰਨ, ਸਾਡੇ ਵਰਗੇ ਕਲਾਕਾਰਾਂ ਦੀ। ਜੇ ਮੈਂ ਚਾਹੁੰਦਾ ਵੀ ਜਿਹੜੇ ਪ੍ਰਮੋਟਰ ਸਾਨੂੰ ਸੁਣਦੇ ਆ, ਮੈਂ ਚਾਹੁੰਦਾ ਵੀ ਪ੍ਰਮੋਟਰ ਸਾਡੇ, ਇਹਨਾਂ ਨੇ ਤਾਂ ਨਹੀਂ ਸੁਣੀ, ਪ੍ਰਮੋਟਰ ਤਾਂ ਸਾਨੂੰ ਸੁਣ ਸਕਦੇ, ਉਹ ਤਾਂ ਹਰ ਸਾਲ ਕਿਸੇ ਨਾ ਕਿਸੇ ਸਿੰਗਰ ਨੂੰ ਸੱਦਦੇ ਆ, ਪੰਜ ਪੰਜ ਸਿੰਗਰਾਂ ਨੂੰ, ਦਸ ਦਸ ਸਿੰਗਰਾਂ ਨੂੰ। ਮੈਂ ਚਾਹੁੰਦਾ ਸਾਨੂੰ ਪੈਸੇ ਵੀ ਨਾ ਦੇਣ, ਸਾਡਾ ਇੱਕ ਅੱਧਾ ਗੇੜਾ ਹੀ ਲਵਾ ਦੇਣ ਬਾਹਰ ਪ੍ਰਮੋਟਰ, ਤਾਂ ਕਿ ਅਸੀਂ ਆਪਦੇ ਬੱਚੇ ਦਾ ਪਾਲਣ ਪੋਸ਼ਣ ਕਰ ਸਕੀਏ। ਜਿੰਨੇ ਮਰਜ਼ੀ ਉਹ ਸਾਨੂੰ ਪੈਸੇ ਦੇ ਦੇਣਾ, ਅਸੀਂ ਨਹੀਂ ਕਹਿੰਦੇ ਵੀ ਇੰਨੇ ਦੇਣ ਉਹ, ਜੇ ਕਿਸੇ ਨੂੰ 5 ਲੱਖ ਦਿੰਦੇ ਅਸੀਂ ਕਹਿੰਦੇ ਸਾਨੂੰ 11,000 ਦੇ ਦੇਣ, 21,000 ਹੀ ਦੇ ਦੇਣ ਸਾਡੇ ਅੱਗੇ ਸਿੰਗਰਾਂ ਨੂੰ, ਤਾਂ ਕਿ ਅਸੀਂ ਆਪਦੇ ਬੱਚੇ ਦਾ ਪਾਲਣ ਪੋਸ਼ਣ ਤਾਂ ਕਰ ਸਕੀਏ। ਇਹਨਾਂ ਨੂੰ ਤਾਂ ਕਹਿ ਕੇ ਥੱਕੇ ਮੱਕੜ ਸਾਹਿਬ। ਉਮੀਦ ਹੈ ਕਿ ਲੋਕ ਤੁਹਾਡੀ ਗੱਲ ਸੁਣਨਗੇ, ਤੁਸੀਂ ਸਾਨੂੰ ਸਮਾਂ ਦਿੱਤਾ ਕਾਬਿਲ ਸਾਹਿਬ, ਬਹੁਤ ਬਹੁਤ ਧੰਨਵਾਦ। ਨਹੀਂ ਜੀ ਮੱਕੜ ਸਾਹਿਬ, ਤੁਹਾਡਾ ਧੰਨਵਾਦ ਹੈ, ਤੁਸੀਂ ਸਾਡੇ ਅੱਗੇ ਜਿਹੜੇ ਪਿਛੜ ਗਏ ਕਲਾਕਾਰ, ਜਿਹੜੇ ਗਰੀਬੀ ਦੀ ਦਲਦਲ 'ਚ ਖੁੱਭ ਗਏ, ਨੱਪੇ ਗਏ, ਉਹਨਾਂ ਨੂੰ ਤੁਸੀਂ ਅੱਗੇ ਲਿਆਂਦਾ ਨਾ, ਉਹਨਾਂ ਵਾਸਤੇ ਤੁਸੀਂ ਆਏ ਹੋ, ਮੈਂ ਤੁਹਾਡਾ ਧੰਨਵਾਦ ਕਰਦਾ, ਡੇਲੀ ਪੋਸਟ ਪੰਜਾਬੀ ਦਾ ਧੰਨਵਾਦ ਕਰਦਾ, ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਮੱਕੜ ਸਾਹਿਬ। ਸੋ ਮੇਰੇ ਦੋਸਤ ਨੇ ਬਾਈ ਕੁਲਵੀਰ ਜੀ ਕੋਟ ਭਾਈ ਤੋਂ, ਬਹੁਤ ਅੱਛੇ ਰਾਈਟਰ ਨੇ, ਉਹਨਾਂ ਦਾ ਹੁਣ ਮੈਂ ਗਾਣਾ ਰਿਕਾਰਡ ਕਰ ਰਿਹਾ ਮੱਕੜ ਸਾਹਿਬ, ਉਹਨਾਂ ਨੇ ਮੇਰੀ ਹੈਲਪ ਕੀਤੀ ਆ, ਹੁਣ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ, ਵੀ ਮੈਂ ਤੁਹਾਡਾ ਗਾਣਾ, ਉਹਨਾਂ ਦਾ ਲਿਖਿਆ ਹੋਇਆ ਗਾਣਾ, ਬਹੁਤ ਅੱਛੇ ਰਾਈਟਰ ਆ ਉਹ ਕੁਲਵੀਰ ਕੋਟ ਭਾਈ, ਉਹਨਾਂ ਦਾ ਮੈਂ ਗਾਣਾ ਦੋਸਤੋ ਰਿਕਾਰਡ ਕਰ ਰਿਹਾ, ਆਉਣ ਵਾਲੇ ਦਿਨਾਂ 'ਚ ਤੁਸੀਂ ਸੁਣੋਗੇ, ਬਹੁਤ ਅੱਛੇ ਰਾਈਟਰ ਆ ਉਹਨਾਂ ਦਾ, ਬਹੁਤ ਜਾਂਦੇ ਜਾਂਦੇ ਕੁਛ ਵੀ ਸੁਣਾ ਦਿਓ। ਠੀਕ ਹੈ ਸਰ, ਸੋ ਜਾਂਦੇ ਹੋਏ ਮੈਂ ਦਰਸ਼ਕਾਂ ਨੂੰ ਆਪਣਾ ਹੀ ਗਾਇਆ ਹੋਇਆ ਗੀਤ ਸੁਣਾਉਣ ਲੱਗਿਆ। ਮੇਰੀ ਕੈਸਟ ਹੈ ਸੀ ਤੇਰੀ ਯਾਦ ਜਗਣ ਚਿਰਾਗ, ਉਹਦਾ ਟਾਈਟਲ ਸੌਂਗ ਮੈਂ ਗਾਇਆ ਸੀ, ਉਹ ਤੁਹਾਡੀ ਮਦਦ ਕਰ ਰਿਹਾ। ਹਾਏ ਲੰਡੀ ਟੀ ਬੋਤੀ ਨੀਰੇ ਦੀ ਥੋੜੀ, ਹਾਏ ਘਰ ਲੱਗਦਾ ਹੁਣ ਨੀ ਹੱਡਾ ਮਾਸੀ ਚੁੰਡਿਆ ਮੇਰਾ
ਪਰ ਤੇਰੇ ਬਾਜ ਬਹੁਤ ਧੰਨਵਾਦ। ਔਰ ਉਮੀਦ ਕਰਦੇ ਹਾਂ ਕਿ ਲੋਕ ਤੁਹਾਡੀ ਆਵਾਜ਼ ਨੂੰ ਸੁਣਨਗੇ ਔਰ ਤੁਹਾਨੂੰ ਸੁਣਨਗੇ, ਔਰ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਆਸਵੰਦ ਆ ਕਿ ਚਾਹੇ ਜਸਵਿੰਦਰ ਬਰਾੜ ਹੈ, ਚਾਹੇ ਹਰਦੇਵ ਮਾਹੀ ਨੰਗਲ ਹੈ, ਪ੍ਰੀਤ ਬਰਾੜ ਹੈ, ਇਹ ਸਾਰੇ ਲੋਕ ਅੱਜ ਤੋਂ ਬਾਅਦ ਸ਼ਾਇਦ ਤੁਹਾਨੂੰ ਫੋਨ ਜ਼ਰੂਰ ਕਰਨਗੇ। ਬਹੁਤ ਧੰਨਵਾਦ। ਥੈਂਕ ਯੂ ਮੱਕਰ ਸਾਹਿਬ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ। ਸੋ ਮੱਕਰ ਸਾਹਿਬ, ਗੱਲ ਇਹ ਵੀ ਇਹੋ ਜਿਹੇ ਗਾਣੇ ਰਿਕਾਰਡ ਕਰਨ ਵਾਸਤੇ ਮੇਰੇ ਕੋਲ ਪੈਸੇ ਨਹੀਂ ਅੱਜ ਵੀ ਮੈਂ ਕੋਈ ਗਾਣਾ ਰਿਕਾਰਡ ਕਰ ਸਕਾਂ, ਉਹਦੇ ਵਾਸਤੇ ਵੀ ਮੇਰੇ ਕੋਲ ਪੈਸੇ ਨਹੀਂ। ਮੱਕਰ ਸਾਹਿਬ, ਆਇਆ ਅੱਜ ਦੀ ਸਥਿਤੀ ਇਹੋ ਜਿਹੀ ਹੈ। ਬਹੁਤ ਧੰਨਵਾਦ। ਸੋ ਉਮੀਦ ਕਰਦੇ ਹਾਂ ਕਿ ਗੁਰਤੇਜ ਕਾਬਲ ਬਠਿੰਡਾ 'ਚ ਰਹਿੰਦੇ ਨੇ, ਇਹਨਾਂ ਦਾ ਐਡਰੈਸ ਔਰ ਇਹਨਾਂ ਨੂੰ ਤੁਸੀਂ ਔਨਲਾਈਨ ਲੱਭ ਸਕਦੇ ਹੋ। ਬਹੁਤ ਇਸ ਛੋਟੀ ਜਿਹੀ ਦੁਕਾਨ ਫੇਸਬੁੱਕ ਦੇ ਉੱਤੇ ਵੀ ਇਹ ਕਹਿ ਰਹੇ ਹੈਗੇ ਨੇ ਔਰ ਨੰਬਰ ਹੈਗਾ, ਸੋ ਗੱਲਬਾਤ ਕਰ ਸਕਦੇ ਹੋ। ਇਸ ਪੇਸ਼ਕਸ਼ 'ਚ ਅੱਜ ਇੰਨਾ ਹੀ, ਸਾਨੂੰ ਇਜਾਜ਼ਤ ਦਿਓ। ਕੈਮਰਾ ਪਰਸਨ ਜਸਪ੍ਰੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ ਬਠਿੰਡਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।